ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਉਹਨਾਂ ਭਗਦੇ ਮਸਲਿਆਂ ਦੀ ਗੱਲ ਹੁੰਦੀ ਹੈ ਔਰ ਵਿਚਾਰ ਕਰਦੇ ਹਾਂ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਪਬਲਿਕ ਡੋਮੇਨ ਦੇ ਉੱਤੇ ਆਵਾਜ਼ ਬਣੇ ਹੋਏ ਹਨ। ਔਰ ਜਦ ਇਸ ਮੰਚ ਨੂੰ ਅਸੀਂ ਸਜਾਉਂਦੇ ਹਾਂ ਤਾਂ ਤੁਸੀਂ ਵੀ ਆਪਣੇ ਤਰਕ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰਦੇ ਹੋ। ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ, ਇਹ ਵਿਸ਼ਾ ਬੇਹੱਦ ਖਾਸ ਹੈ, ਕੌਮ ਦੇ ਨਾਲ ਸਾਡੇ ਜੁੜਿਆ ਹੋਇਆ ਔਰ ਥੋੜ੍ਹਾ ਜਿਹਾ ਸੈਂਸਿਟਿਵ ਵੀ ਹੈਗਾ। ਕੁਝ ਤਸਵੀਰਾਂ ਵਾਇਰਲ ਹੋਈਆਂ ਸੀਗੀਆਂ, ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹਾਂ, ਸਿੱਧਾ ਮੈਂ ਇਸ ਵਿਸ਼ੇ ਦੇ ਉੱਤੇ ਆਉਣਾ ਚਾਹੁੰਦਾ। ਪਿਛਲੇ ਸਾਲ ਕੁਝ ਤਸਵੀਰਾਂ ਵਾਇਰਲ ਹੋਈਆਂ ਸੀਗੀਆਂ ਜਿਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ, ਵੱਖ ਵੱਖ ਪਲੇਟਫਾਰਮਾਂ ਦੇ ਉੱਤੇ, ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦੇ ਉੱਤੇ ਇੱਕ ਨਿਊਜ਼ ਵਾਇਰਲ ਕੀਤੀ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਆ, ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ ਸਨਮਾਨ ਜਿਹੜਾ ਹੈ, ਸਤਿਕਾਰ ਜਿਹੜਾ ਉਹ ਸਹੀ ਢੰਗ ਦੇ ਨਾਲ ਨਹੀਂ ਕੀਤਾ ਜਾ ਰਿਹਾ। ਅਤੇ ਹਾਲ ਫਿਲਹਾਲ ਦੇ ਵਿੱਚ ਇਹ ਮਸਲਾ ਫਿਰ ਤੋਂ ਹੋਣ ਦੇ ਵਿੱਚ ਆਇਆ, ਇਹਨੂੰ ਲੈ ਕੇ ਕਈ ਸਾਰੇ ਜਿਹੜੇ ਤਰਕ ਪ੍ਰਤੀਕਰਮ ਵਿਸ਼ਵ ਤੋਂ ਔਰ ਵੱਖ ਵੱਖ ਅਦਾਰਿਆਂ ਤੋਂ ਸਾਨੂੰ ਸੁਣਨ ਨੂੰ ਮਿਲ ਰਹੇ ਹਨ। ਆਖਿਰਕਾਰ ਇਸ ਦੇ ਪਿੱਛੇ ਪੂਰੀ ਗੱਲਬਾਤ ਕੀ ਹੈਗੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਬਿਰਧ ਸਰੂਪ ਹਨ ਉਹਨਾਂ ਨੂੰ ਕਿਸ ਤਰੀਕੇ ਨਾਲ, ਉਹਨਾਂ ਦੀ ਰਿਆਤ ਮਰਿਆਦਾ ਕੀ ਹੈਗੀ ਹੈ, ਕਿਸ ਤਰੀਕੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ, ਕਿਹੜੀ ਕਿਹੜੀ ਸੰਸਥਾਵਾਂ ਜਿਹੜੀਆਂ ਉਹ ਹੋਣ ਦੇ ਵਿੱਚ ਆਈਆਂ ਹਨ, ਕੌਣ ਇਸ ਗੱਲ ਦੀ ਜ਼ਿੰਮੇਵਾਰੀ ਚੁੱਕਦਾ, ਐਸ ਜੀ ਪੀ ਸੀ ਦਾ ਇਹਦੇ ਵਿੱਚ ਕੀ ਰੋਲ ਹੈਗਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹਦੇ ਵਿੱਚ ਕੀ ਰੋਲ ਹੈਗਾ। ਅਤੇ ਕੈਲੀਫੋਰਨੀਆ ਤੋਂ ਇਹ ਜਿਹੜੇ ਸਰੂਪ ਸੀਗੇ ਇਹ ਬਕਾਇਦਾ ਤੌਰ ਦੇ ਉੱਤੇ ਭਾਰਤ ਭੇਜੇ ਗਏ ਸੀਗੇ ਔਰ ਆ ਜਿਹੜੀਆਂ ਤਸਵੀਰਾਂ ਇਸ ਟਾਈਮ ਤੁਸੀਂ ਟੀ ਵੀ ਸਕਰੀਨ ਦੇ ਉੱਤੇ ਵੇਖ ਰਹੇ ਹੋ, ਇਹ ਉਹੀ ਤਸਵੀਰਾਂ ਹਨ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਸੀਗੀਆਂ। ਲੇਕਿਨ ਇਹਦੇ ਉੱਤੇ ਵੀ ਅਸੀਂ ਔਥੈਂਟੀਕੇਟ ਕਰਾਂਗੇ, ਇਹਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਦੇ ਪਿੱਛੇ ਆਖਿਰਕਾਰ ਕੀ ਗੱਲਬਾਤ ਹੈਗੀ ਹੈ, ਕੀ ਕੁਝ ਇਹਦੇ ਪਿੱਛੇ ਮਸਲਾ ਹੈਗਾ। ਲੇਕਿਨ ਕਿਹਾ ਜਾ ਰਿਹਾ ਕਿ ਇਹ ਜਿਹੜੇ ਸਰੂਪ ਨੇ ਉਹ ਸਕਰੀਨਿੰਗ ਦੇ ਦੌਰਾਨ ਜਿਹਦੇ ਉੱਤੇ ਅਸੀਂ ਆਪਣੇ ਐਸੈਸਰੀਜ਼ ਨੂੰ ਰੱਖਦੇ ਹਾਂ, ਭਾਵੇਂ ਅਸੀਂ ਆਪਣੇ ਜੋੜਿਆਂ ਨੂੰ ਰੱਖਦੇ ਹਾਂ, ਭਾਵੇਂ ਅਸੀਂ ਆਪਣੇ ਇਲੈਕਟ੍ਰੋਨਿਕ ਅਪਲਾਈਸੈਂਸ ਨੂੰ ਰੱਖਦੇ ਹਾਂ, ਉਹਨਾਂ ਟ੍ਰੇ ਦੇ ਵਿੱਚ ਹੀ ਇਹ ਸਕਰੀਨਿੰਗ ਹੋ ਕੇ ਗਈ ਸੀਗੀ। ਲੇਕਿਨ ਇਹਦੇ ਉੱਤੇ ਪੂਰੀ ਔਥੈਂਟੀਕੇਟ ਅਸੀਂ ਜਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਈ ਸਾਰੇ ਜਿਹੜੇ ਪੈਰੋਕਾਰ ਹਨ ਔਰ ਕਈ ਸਾਰੇ ਜਿਹੜੇ ਲੋਕ ਹਨ ਇਸ ਸੰਬੰਧਿਤ ਸਾਡੇ ਸਾਹਮਣੇ ਆਏ ਔਰ ਅਸੀਂ ਇਸ ਦੇ ਉੱਤੇ ਵਿਚਾਰ ਰੱਖਣ ਦੇ ਲਈ ਉਹਨਾਂ ਨੂੰ ਅੱਜ ਇਸ ਮੰਚ ਦੇ ਉੱਤੇ ਲੈ ਕੇ ਵੀ ਆ ਰਹੇ ਹਾਂ। ਮੇਰੇ ਨਾਲ ਕੈਲੀਫੋਰਨੀਆ ਤੋਂ ਮੌਜੂਦ ਹਨ ਜਸ ਨਿੱਜਰ ਜੀ, ਉਹਨਾਂ ਦਾ ਅਸੀਂ ਜੀ ਆਇਆਂ ਨੂੰ ਕਰਦੇ ਹਾਂ, ਸਕਾਈਪ ਦੇ ਰਾਹੀਂ ਸਾਡੇ ਨਾਲ ਜੁੜੇ ਹੋਏ ਹਨ। ਇਸ ਵਿਸ਼ੇ ਦੇ ਉੱਤੇ ਸਭ ਤੋਂ ਪਹਿਲਾਂ ਚਾਨਣ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਆਖਿਰਕਾਰ ਹੈ ਕੀ ਔਰ ਇਸ ਮਾਮਲੇ ਦੇ ਉੱਤੇ ਉਹ ਆਪਣੇ ਕੀ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਗੇ। ਜਸ ਜੀ ਤੁਹਾਡਾ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜਸਪਾਲ ਸਿੰਘ ਜੀ ਜੀ, ਮੈਂ ਚਾਹਾਂਗਾ ਕਿ ਤੁਸੀਂ ਆਪਣੇ ਓਪਨਿੰਗ ਕਮੈਂਟ ਦਿਵੋ ਔਰ ਕੀ ਕੁਝ ਹੈ ਪੂਰਾ ਮਾਮਲਾ। ਸਿੰਘ ਸਾਹਿਬ, ਮੈਂ ਜੀ 2018 ਦੇ ਵਿੱਚ ਇੱਕ ਲੀਜ਼ਨ ਟਰੈਵਲ ਨਾਂ ਦੀ ਏਜੰਸੀ ਹੈ ਜੀ ਕੈਲੀਫੋਰਨੀਆ, ਉਹਨਾਂ ਤੋਂ ਮੈਂ ਇੰਡੀਆ ਜਾਣ ਲਈ ਟਿਕਟ ਬੁੱਕ ਕਰਾਈ ਸੀ ਜੀ। ਉਹਨਾਂ ਦਾ ਸ਼ਾਮ ਨੂੰ 5 ਵਜੇ ਇੱਕ ਦਿਨ ਫਲਾਈਟ ਤੋਂ ਪਹਿਲਾਂ ਮੈਨੂੰ ਕਾਲ ਆਈ ਕਿ ਕੱਲ੍ਹ ਤੁਹਾਡੀ ਫਲਾਈਟ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਾ ਰਹੇ ਨੇ ਇੰਡੀਆ ਅਤੇ ਤੁਸੀਂ ਸਵੇਰੇ ਅਰਲੀ ਪਹੁੰਚ ਜਾਣਾ ਜੀ। ਮੈਂ ਸਿੰਘ ਸਾਹਿਬ ਜੀ 5 ਵਜੇ ਉੱਥੇ ਆਪਣੇ ਸੈਨ ਫਰਾਂਸਿਸਕੋ ਕੈਲੀਫੋਰਨੀਆ ਏਅਰਪੋਰਟ ਦੇ ਉੱਤੇ ਪਹੁੰਚ ਗਿਆ ਅਤੇ ਉੱਥੇ ਜਾ ਕੇ ਮੈਂ ਲੇਡੀਜ਼ ਜਿਹੜੀ ਏਅਰਪੋਰਟ 'ਤੇ ਹੁੰਦੇ ਆ ਜੀ ਸਟਾਫ ਮੈਂਬਰ, ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਮਹਾਰਾਜ ਦੇ ਸਰੂਪ ਜਾ ਰਹੇ ਨੇ, ਕਹਿੰਦੀ ਹਾਂਜੀ ਪਹਿਲਾਂ ਵੀ ਜਾ ਰਹੇ ਨੇ, ਅੱਜ ਫਿਰ ਦੁਬਾਰਾ ਜਾਣੇ ਨੇ। ਜਦੋਂ ਉਹਨਾਂ ਨੇ ਇਹ ਗੱਲ ਕੀਤੀ, ਮੈਂ ਆਪਣਾ ਸਮਾਨ ਉੱਥੇ ਚੈੱਕ ਇਨ ਕਰਕੇ ਜਾ ਕੇ ਆਪਣੇ ਸ਼ੂ ਵਗੈਰਾ ਉਤਾਰ ਕੇ ਹੱਥ ਧੋ ਕੇ ਕੈਦਾਰ ਮਾਲ ਬੰਨ੍ਹ ਕੇ ਵੇਟ ਕੀਤੀ ਕਿ ਮੈਨੂੰ ਵੀ ਸ਼ਾਇਦ ਸੇਵਾ ਕਰਨ ਦਾ ਮੌਕਾ ਮਿਲੇ। ਸਿੰਘ ਸਾਹਿਬ, ਮੈਂ ਥੋੜ੍ਹੀ ਦੇਰ ਉੱਥੇ ਜਦੋਂ ਬੈਠਣ ਤੋਂ ਬਾਅਦ ਤਕਰੀਬਨ ਘੰਟਾ ਕੁ ਬੈਠਾ ਜੀ, ਮੈਂ ਦੇਖਿਆ ਕੁਝ ਕੁ ਬੰਦੇ 10-15 ਬੰਦੇ ਇੱਕਦਮ ਬਾਹਰੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥਾਂ 'ਚ ਚੱਕ ਕੇ ਇਸ ਤਰ੍ਹਾਂ ਲਿਆ ਰਹੇ ਜਿੱਦਾਂ ਆਪਾਂ ਲਗਨ ਚੱਕੇ ਹੁੰਦੇ ਆ ਜੀ, ਇੱਕਦਮ ਬਾਹਰੋਂ ਅੰਦਰ ਐਂਟਰ ਹੋਏ ਅਤੇ ਮੇਰੇ ਮਨ ਨੂੰ ਬੜਾ ਹੈਰਾਨੀ ਹੋਈ। ਮੈਂ ਜਾ ਕੇ ਦਬਦਬ ਜਦ ਬਾਹਰ ਗਿਆ ਤਾਂ ਮੈਂ ਦੇਖਿਆ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਵੈਨਾਂ 'ਚੋਂ ਕੱਢ ਰਹੇ ਸੀ ਜੀ, ਅਤੇ ਮੈਂ ਜਾ ਕੇ ਉਹਨਾਂ ਤੋਂ ਇੱਕ ਸਰੂਪ ਫੜਿਆ, ਸਰੂਪ ਫੜ ਕੇ ਮੈਂ ਆਪਣੇ ਸਿਰ ਦੇ ਉੱਪਰ ਰੱਖਿਆ ਜੀ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਚੋਰ ਸਾਹਿਬ ਕਿੱਥੇ ਆ। ਉੱਥੇ ਇੱਕ ਬੰਦਾ ਸੀ, ਕਹਿੰਦਾ ਕਿ ਇਸ ਤਰ੍ਹਾਂ ਹੀ ਲੈ ਜਾ। ਮੈਂ ਕਿਹਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਲਿਆਉਣ ਦੀ ਵਿਧੀ ਵਿਧਾਂਤ ਹੁੰਦਾ ਨਾ, ਕੋਈ ਜਿੰਨੇ ਗੁਰੂ ਗ੍ਰੰਥ ਸਾਹਿਬ ਕੋਈ ਚੋਰ ਸਾਹਿਬ ਜਾਂ ਕੁਛ ਵੀ ਹੋਵੇ। ਕਹਿੰਦੇ ਨਹੀਂ ਨਹੀਂ ਤੁਸੀਂ ਅੰਦਰ ਚਲੋ ਜੀ। ਮੈਂ ਅੰਦਰ ਆ ਕੇ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਅੰਦਰ ਆ ਗਿਆ। ਉੱਥੇ ਇੱਕ ਸਰਬਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਮਾਈ ਭਾਗੋ ਡੇਰੇ ਵਾਲਾ, ਜਿਹਦੀ ਮੈਂ ਨਾਮ ਵੀ ਮੈਂਸ਼ਨ ਕੀਤਾ ਤੁਹਾਨੂੰ, ਉਹਦੀ ਸਨੈਪ ਫੋਟੋ ਵੀ ਵਗੈਰਾ ਵੀ ਦਿੰਦਾ ਜੀ। ਮਾਈ ਭਾਗੋ ਡੇਰਾ ਜਿਹੜਾ ਉਹ ਕਿੱਥੇ ਹੈਗਾ ਔਰ ਦਿੱਲੀ ਆ ਜੀ? ਜੀ, ਮਾਈ ਭਾਗੋ ਡੇਰਾ ਦਿੱਲੀ ਆ ਜੀ। ਜੀ, ਉਹ ਸਰਬਜੀਤ ਸਿੰਘ ਮੈਨੂੰ ਕਹਿੰਦਾ ਵੀ ਤੂੰ ਨਾ ਮੂਵੀ ਬਣਾ ਸਕਦਾ, ਨਾ ਫੋਟੋ ਖਿੱਚ ਸਕਦਾ, ਨਾ ਇਹਨੂੰ ਫੇਸਬੁੱਕ ਤੇ ਪਾ ਸਕਦਾ। ਉਹ ਉੱਥੇ ਮੌਜੂਦ ਸੀਗੇ ਸਰਬਜੀਤ ਸਿੰਘ? ਉੱਥੇ ਆਪ ਸੀਗਾ ਜਿਹੜੀ ਤਸਵੀਰਾਂ ਦੇ ਉੱਤੇ ਅਸੀਂ ਇੱਕ ਤਸਵੀਰ ਵੇਖ ਪਾ ਰਹੇ ਹਾਂ ਟੀਵੀ ਸਕਰੀਨ ਦੇ ਉੱਤੇ, ਇਹੀ ਹਨ ਸਰਬਜੀਤ ਸਿੰਘ ਜੀ? ਇਹ ਸਰਬਜੀਤ ਸਿੰਘ ਆ ਜੀ। ਸਰਬਜੀਤ ਸਿੰਘ ਆ, ਠੀਕ ਹੈ। ਤੇ ਉਸ ਤੋਂ ਬਾਅਦ ਜੀ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਇਹ ਦੇਖੋ ਕੀ ਹੋ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਕੋਈ ਲਿਆਉਣ ਦਾ ਵਿਧੀ ਵਿਧਾਨ ਤਾਂ ਤੁਸੀਂ
ਫਿਰ ਮੈਂ ਭਾਅ ਜੀ ਮੇਰੇ ਮਨ ਨੂੰ ਬੜੀ ਤਕਲੀਫ ਹੋਈ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਸੀ ਉੱਥੇ ਲਿਆ ਕੇ ਰੱਖ ਦਿੱਤੇ, ਜਿੱਥੇ ਆਪਾਂ ਆਮ ਚੇਰਾ ਨਹੀਂ ਸੈਨ ਫਰਾਂਸਿਸਕੋ ਏਅਰਪੋਰਟ ਤੇ ਹੁੰਦੀ ਆ ਜੀ, ਉੱਥੇ ਲਿਆ ਕੇ ਇਹ ਜਿੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਇਸ ਤਰ੍ਹਾਂ ਰੱਖਿਆ ਸੀ ਜਿੱਦਾਂ ਲਗਜ ਰੱਖੇ ਪਏ ਹੁੰਦੇ ਇਹਨਾਂ ਚੱਕੇ, ਸੈਨ ਫਰਾਂਸਿਸਕੋ ਏਅਰਪੋਰਟ ਤੋਂ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਜਾ ਰਹੇ ਸੀਗੇ। ਹਾਂਜੀ ਹਾਂਜੀ, ਤੇ ਉਸ ਤੋਂ ਬਾਅਦ ਸਿੰਘ ਸਾਹਿਬ ਮੈਂ ਜਦੋਂ ਇਹਨਾਂ ਨਾਲ ਟਰਾਈ ਇਹ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਏਅਰ ਹੋਸਟਰ ਜਿਹੜੀਆਂ ਉੱਥੇ ਆਪਣੀਆਂ ਏਅਰਪੋਰਟ ਤੇ ਕੁਝ ਲੜਕੀਆਂ ਕੰਮ ਕਰਦੀਆਂ ਹੁੰਦੀਆਂ ਸੀ, ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਜਿਹੜੀ ਗੱਲ ਸਹੀ ਆ ਮੇਰੀ ਗੱਲ ਮੰਨੀ, ਉਹਨਾਂ ਵਿਚਾਰੀਆਂ ਨੇ ਸਰੂਪਾਂ ਨੂੰ ਭਾਅ ਜੀ ਆਪਣੇ ਸਿਰਾਂ ਦੇ ਉੱਤੇ ਫੜਿਆ ਚੱਕਿਆ। ਮੈਂ ਕਿਹਾ ਥੋੜੀ ਜਿਹੀ ਤਾਂ ਮਰਿਆਦਾ ਕਾਇਮ ਰਵੇ, ਅੱਗੇ ਤਾਂ ਨਹੀਂ ਪਤਾ ਨਹੀਂ ਕੀ ਕਰਨਾ ਜੀ। ਮੈਂ ਭਾਅ ਜੀ ਸਡਨਲੀ ਜਦੋਂ ਉੱਥੋਂ ਤੁਰ ਲੱਗਾ, ਉੱਥੇ ਇੱਕ ਬੰਦਾ ਆਇਆ ਜਿਹੜਾ ਕਿ ਮੈਨੂੰ ਬਾਅਦ 'ਚ ਪਤਾ ਲੱਗਾ ਜੀ ਇਹ ਆਪਣੇ ਜਿਹੜਾ ਟਰੈਵਲ ਏਜੰਟ ਜਤਿੰਦਰ ਸਿੰਘ ਆ ਉਹਦਾ ਬ੍ਰਦਰ ਸੀ, ਉਹਦੇ ਪੈਰਾਂ 'ਚ ਛੂ ਪਾਏ ਸੀ, ਉਹ ਬਾਹਰੋਂ ਇੱਕ ਚੋਰ ਸਾਹਿਬ ਫੜੀ ਆ ਰਿਹਾ ਸੀਗਾ ਤੇ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਹ ਗੁਰੂ ਗ੍ਰੰਥ ਸਾਹਿਬ ਲੈ ਕੇ ਤੁਰ ਪਏ। ਜਦੋਂ ਇਹ ਗੁਰੂ ਗ੍ਰੰਥ ਸਾਹਿਬ ਲੈ ਕੇ ਸਕਰੀਨਿੰਗ ਦੇ ਜਿੱਥੇ ਸਕਰੀਨਿੰਗ ਹੁੰਦੀ ਆ ਉੱਥੇ ਪਹੁੰਚੇ ਭਾਅ ਜੀ, ਇਹਨਾਂ ਨੇ ਹੱਦ ਉਦੋਂ ਕਰ ਦਿੱਤੀ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਮਸ਼ੀਨਾਂ ਵਿੱਚ ਵੀ ਕੱਢਣੇ ਸ਼ੁਰੂ ਕਰਤੇ, ਜਿੱਥੇ ਜਾ ਕੇ ਭਾਅ ਜੀ ਛੂ ਤੇ ਹੋਰ ਜਿਹੜਾ ਸਮਾਨ, ਜਦੋਂ ਆਪਾਂ ਟੋਕਰੀਆਂ ਨਹੀਂ ਪਈਆਂ ਹੁੰਦੀਆਂ ਜਿਹਨਾਂ ਦੇ ਵਿੱਚ ਆਪਾਂ ਸਮਾਨ ਬੈਲਟ ਵਗੈਰਾ ਬਟੂਏ ਵਗੈਰਾ ਰੱਖੇ ਜਾਂਦੇ ਆ ਜੀ, ਉਹਦੇ ਮੋਹਰੇ ਗੁਰੂ ਗ੍ਰੰਥ ਸਾਹਿਬ ਜਾ ਰਹੇ, ਪਿੱਛੇ ਉਹ ਟੋਕਰੀਆਂ ਨਾਲ ਹੀ ਜਾ ਰਹੀਆਂ ਜੀ। ਤੇ ਮੈਨੂੰ ਬੜਾ ਦੁੱਖ ਆ, ਮੈਂ ਸਰਬਜੀਤ ਸਿੰਘ ਨੂੰ, ਸਰਬਜੀਤ ਸਿੰਘ ਵੀ ਉੱਥੇ ਸੀ, ਮੈਂ ਉਹਨੂੰ ਕਿਹਾ ਇਹ ਮੈਨੂੰ ਆ ਕੇ ਇਹਨੂੰ ਮੇਰੇ ਕੈਮਰਿਆਂ ਨੂੰ ਇੱਦਾਂ ਹੱਥ ਕੀਤਾ, ਕਹਿੰਦਾ ਤੂੰ ਮੂਵੀ ਨਹੀਂ ਬਣਾ ਸਕਦਾ। ਜਸਪਾਲ ਜੀ ਸਮਝ ਆ ਗਈ ਇਹ ਗੱਲ ਕਿ ਉਹ ਲੈ ਕੇ ਜਾ ਰਹੇ ਸੀਗੇ ਔਰ ਉਹਨਾਂ ਨੇ ਸਕਰੀਨਿੰਗ ਤੋਂ ਕੱਢੀ, ਇਹ ਕਿਉਂ ਲੈ ਕੇ ਜਾ ਰਹੇ ਸੀਗੇ ਔਰ ਕੌਣ ਲੈ ਕੇ ਜਾ ਰਹੇ ਸੀਗੇ, ਮਾਈ ਭਾਗੋ ਦਾ ਇਹਦੇ ਨਾਲ ਕੀ ਸੰਬੰਧਿਤ ਹੈਗਾ? ਮਾਈ ਭਾਗੋ ਵਾਲੇ ਸਰਬਜੀਤ ਸਿੰਘ ਜੀ, ਇੱਕ ਆਦਮੀ ਰਕੇਸ਼ ਕੁਮਾਰ ਸੀ, ਇਹਨਾਂ ਦੇ ਨਾਲ 8 ਤੋਂ 10 ਬੰਦੇ ਹੋਰ ਸੀਗੇ ਜੀ, ਜਿਨ੍ਹਾਂ ਦੇ ਵਿੱਚ ਇੱਕ ਜਤਿੰਦਰ ਸਿੰਘ ਦੇ, ਜਤਿੰਦਰ ਸਿੰਘ ਵੀ ਆਪ ਹੀ ਉੱਥੇ ਆ ਜਿਹੜਾ ਟਰੈਵਲ ਏਜੰਟ ਸੀ, ਉਹਨੇ ਇਹ ਗੱਲ ਕਹੀ ਆ ਵੀ ਮੇਰੇ ਫਾਦਰ ਸਾਹਿਬ ਵੀ ਨਾਲ ਜਾ ਰਹੇ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ ਉਹਨੇ ਉਹਨਾਂ ਦਾ ਨਾਮ ਕਸ਼ਮੀਰ ਸਿੰਘ ਦੱਸਿਆ ਜੀ। ਸਾਰੇ ਸੰਬੰਧਿਤ ਨੇ ਤੇ ਜਦੋਂ ਭਾਜੀ ਜਤਿੰਦਰ ਸਿੰਘ ਆਇਆ ਉਹਨੇ ਕਿਹਾ ਕਿ ਮੇਰੇ ਜਿਹੜੇ ਡੈਡ ਆ ਕਸ਼ਮੀਰ ਸਿੰਘ, ਜੇ ਮੈਂ ਗਲਤ ਨਾ ਹੋਵਾਂ, ਜਿੰਨਾ ਕੁ ਮੈਨੂੰ ਸੁਣਿਆ ਉਹਨੇ ਕਿਹਾ ਕਸ਼ਮੀਰ ਸਿੰਘ ਮੇਰੇ ਨਾਲ ਜਾ ਰਹੇ ਨੇ ਡੈਡੀ, ਉਹਨਾਂ ਦੇ ਦਾੜਾ ਸਰੂਪ ਸੀ। ਮੈਨੂੰ ਖੁਸ਼ੀ ਹੋਈ ਜਦੋਂ ਮੈਂ ਇਹਨੂੰ ਰੋਕਣ ਦੀ ਜਾਂ ਇਹਨਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਇਹ ਕਹਿੰਦੇ ਵੀ ਪਤਾ ਇਹ ਕੌਣ ਹੈ ਕਸ਼ਮੀਰ ਸਿੰਘ, ਕਹਿੰਦੇ ਮੈਂ ਕਿਹਾ ਕੌਣ ਹੈ ਜੀ, ਕਹਿੰਦੇ ਇਹ ਨਿਧਾਨ ਸਿੰਘ ਆ ਜੀ, ਨਿਧਾਨ ਸਿੰਘ ਦੀ ਰੂਹ ਆ। ਮੈਂ ਕਿਹਾ ਜੀ ਕੌਣ ਨਿਧਾਨ ਸਿੰਘ, ਕਹਿੰਦੇ ਨਿਧਾਨ ਸਿੰਘ ਮੇਰਾ ਭਾਜੀ ਗੱਲ ਭਰ ਆਉਂਦਾ, ਗੱਲਾਂ ਜਿੱਦਾਂ ਦੀਆਂ ਨਹੀਂ ਕੀਤੀਆਂ, ਇਹ ਕਹਿੰਦੇ ਨਿਧਾਨ ਸਿੰਘ ਉਹ ਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਵੇਲੇ ਉੱਥੇ ਹਜ਼ੂਰ ਨੰਦੇੜ ਸਾਹਿਬ ਲੰਗਰ ਲਾਉਂਦੇ ਹੁੰਦੇ ਸੀ। ਭਾਜੀ ਮੈਨੂੰ ਮਨ ਨੂੰ ਇੰਨਾ ਦੁੱਖ ਹੋਇਆ ਵੀ ਇੱਕ ਇਹ ਬੰਦਾ ਆਪਣੀ ਤੁਲਨਾ ਕਿਹਦੇ ਨਾਲ ਕਰ ਰਿਹਾ, ਕਿਹਦੇ ਨਾਲ ਕਰ ਰਿਹਾ ਭਾਜੀ। ਇੰਨੀ ਭਾਜੀ ਬੇਇੱਜ਼ਤੀ ਹੋਣ ਦੇ ਬਾਅਦ ਚ ਇਹ ਉੱਥੋਂ ਲੈ ਕੇ ਸਰੂਪ ਤੁਰ ਪਏ। ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਮੈਨੂੰ ਇੰਨਾ ਹੀ ਦੱਸ ਦਿਓ ਕਿ ਸਰੂਪ ਲਿਆ ਕੇ ਤੁਸੀਂ ਰੱਖਣੇ ਕਿੱਥੇ ਆ, ਠੀਕ ਹੈ? ਇਹਨੇ ਬੇਅਦਬੀ ਤਾਂ ਪਹਿਲਾਂ ਹੀ ਕਰਤੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਨੇ ਜੁੱਤੀਆਂ ਦੇ ਨਾਲ ਉੱਥੇ ਰੱਖ ਦਿੱਤੇ, ਠੀਕ ਆ ਜੀ। ਮੈਂ ਜਾ ਕੇ ਭਾਜੀ ਅੱਗੇ ਇਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਇਹ ਬੰਦਾ ਉੱਥੇ ਆਪਣੇ ਝੋਲੇ ਦੇ ਵਿੱਚੋਂ ਕੱਢ ਕੇ ਮਾਲਾ ਵੰਡਣ ਲੱਗ ਪਿਆ। ਇਹਨੇ ਭਾਜੀ ਮਾਲਾ ਵੰਡੀਆਂ, ਜਿਹਦੇ ਵਿੱਚੋਂ ਜਿਹੜਾ ਰਕੇਸ਼ ਕੁਮਾਰ ਸੀ ਉਹਨੂੰ ਮੈਂ, ਉਹ ਮੇਰੇ ਨਾਲ ਬੈਠਾ ਸੀ, ਉਹਨੂੰ ਮੈਂ ਪਤਿਆ ਕੇ ਪੁੱਛਿਆ ਵੀ ਤੁਸੀਂ ਇੱਥੇ ਆਉਣੇ ਹੋ, ਤੁਹਾਡੇ ਆਉਣ ਦਾ ਕੀ ਮਕਸਦ ਹੈ? ਰਕੇਸ਼ ਕੁਮਾਰ ਨੂੰ ਮੈਂ ਚਾਹਾਂਗਾ ਕਿ ਟੀਵੀ ਸਕਰੀਨ ਦੇ ਉੱਤੇ ਅਸੀਂ ਲੈ ਕੇ ਆਈਏ, ਜਿਹਦੇ ਸਰਕਲ ਵੀ ਅਸੀਂ ਮਾਰਕ ਕੀਤਾ ਹੋਇਆ। ਹਾਂਜੀ ਹਾਂਜੀ ਹਾਂਜੀ, ਉਹੀ ਰਕੇਸ਼ ਕੁਮਾਰ ਤੁਸੀਂ ਦਿਖਾਓ, ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਜੀ, ਰਕੇਸ਼ ਕੁਮਾਰ ਇਹੀ ਬੰਦਾ ਜੀ। ਜੀ, ਤੇ ਇਹਨੇ ਇਹ ਤੁਹਾਡੇ ਨਾਲ ਬੈਠਿਆ ਹੋਇਆ ਸੀ, ਇਹਦੇ ਨਾਲ ਕੀ ਸੰਬੰਧਤ ਹੈ? ਇਹ ਮੇਰੇ ਕੋਲ ਬੈਠਾ ਸੀ ਜੀ, ਇਹਨੇ ਮੈਨੂੰ ਇਹ ਗੱਲ ਦੱਸੀ ਆ ਵੀ ਅਸੀਂ ਪਹਿਲਾਂ ਵੀ ਆਉਨੇ ਆ, ਅਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿਰਧ ਸਰੂਪ ਆ ਅਸੀਂ ਲੈ ਕੇ ਇੰਡੀਆ ਜਾਂਦੇ ਆ ਜੀ। ਹਾਂ, ਤੇ ਮੈਂ ਕਿਹਾ ਵੀ ਤੁਹਾਡੇ ਆਉਣ ਦਾ ਖਰਚਾ, ਤੁਸੀਂ ਆਉਂਦੇ ਤਾਂ ਇੱਥੋਂ ਮੁੜ ਨਹੀਂ ਜਾਂਦੇ, ਅਕਸਰ ਨੂੰ ਤੁਹਾਨੂੰ ਟਰਾਂਸਪੋਰਟੇਸ਼ਨ, ਰਹਿਣ ਦਾ, ਖਾਣ ਦਾ, ਪੀਣ ਦਾ ਖਰਚਾ, ਇਹ ਦੱਸੋ ਕੌਣ? ਕਹਿੰਦੇ ਜੀ ਅਸੀਂ, ਸਾਨੂੰ 1430 ਰੁਪਈਏ ਦੇ ਵਿੱਚ ਟਿਕਟ ਮਿਲਦੀ ਆ ਜੀ, ਰਕੇਸ਼ ਕੁਮਾਰ ਦੇ ਦੱਸਣ ਅਨੁਸਾਰ। ਮੈਂ ਉਹਨੂੰ ਕਿਹਾ ਵੀ 1430 ਰੁਪਈਏ ਦੀ ਟਿਕਟ ਤਾਂ ਦਿੱਲੀਓਂ, ਜੇ ਨਾ ਮੈਂ ਗਲਤ ਨਾ ਹੋਵਾਂ ਤਾਂ ਲੁਧਿਆਣੇ ਤੱਕ ਦੀ ਨਹੀਂ ਮਿਲਦੀ, ਤੁਸੀਂ ਅਮਰੀਕਾ ਨੂੰ 1430 ਰੁਪਈਏ ਦੀ ਟਿਕਟ ਲੈ ਕੇ ਆ ਰਹੇ ਹੋ ਇੰਡੀਅਨ ਕਰੰਸੀ ਦੇ ਵਿੱਚ 1430 ਰੁਪਏ? ਹਾਂਜੀ, ਇੰਡੀਅਨ ਕਰੰਸੀ ਦੇ ਵਿੱਚ। ਫਿਰ ਇਹਨੇ ਦੱਸਿਆ ਜੀ ਵੀ ਮੈਂ ਤੇ ਸਰਬਜੀਤ ਸਿੰਘ ਅਸੀਂ ਏਅਰਪੋਰਟ ਤੇ ਦਿੱਲੀ ਕੰਮ ਵੀ ਕਰਦੇ ਰਹੇ ਹਾਂ ਜੀ। ਇਹਨੇ ਕਿਹਾ ਵੀ ਅਸੀਂ ਦਿੱਲੀ ਏਅਰਪੋਰਟ ਤੇ ਕੰਮ ਵੀ ਕਰਦੇ ਰਹੇ ਹਾਂ। ਮੈਂ ਕਿਹਾ ਜਿਹੜੇ ਬਾਕੀ ਸਿੰਘ ਇਹਨਾਂ ਦੇ ਬਾਕੀ ਜਿਹੜੇ ਬੰਦੇ ਨਾਲ ਆਏ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖੋ ਤੁਹਾਡੇ ਮੂੰਹਾਂ ਦੇ ਵਿੱਚੋਂ ਸਿਗਟਾਂ ਦੀ ਬੋ ਆ ਰਹੀ ਸੀ ਜੀ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਸਾਂਝੇ, ਇੱਕ ਧਰਮ ਦਾ ਨਹੀਂ, ਸਾਰਿਆਂ ਦਾ ਸਾਂਝਾ, ਇਹਦਾ ਕੋਈ ਵਿਧੀ ਵਿਧਾਨ ਹੁੰਦਾ, ਜੋ ਤੁਸੀਂ ਇਹ ਕਰ ਰਹੇ ਹੋ ਤੁਹਾਡੇ ਲਈ ਬਹੁਤ ਮਾੜਾ ਹੈ। ਇੱਥੇ ਭਾਜੀ ਮੇਰੀ ਇੰਨੀ ਕਿਹਨਾਂ ਨਾਲ ਵਾਹ ਚੱਲੀ, ਇਹ ਉਸ ਤੋਂ ਬਾਅਦ ਚ ਮੈਂ ਪਿੱਛੇ ਸੀ, ਇਹ ਗੁਰੂ ਗ੍ਰੰਥ ਸਾਹਿਬ ਨੂੰ ਸਰੂਪਾਂ ਨੂੰ ਪਤਾ ਨਹੀਂ ਅੱਗੇ ਕਿੱਥੇ ਲੈ ਗਿਆ ਜੀ। ਮੈਂ ਜਾ ਕੇ ਜਦੋਂ ਪਲੇਨ ਚ ਬੈਠਾ, ਮੈਂ ਬਹਿ ਗਿਆ ਤੇ ਮੈਂ ਦੇਖਿਆ ਵੀ ਹੁਣ ਵੀ ਕੋਈ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕਰਨਗੇ ਜਾਂ ਨਹੀਂ ਕਰਨਗੇ। ਪਲੇਨ ਭਾਜੀ ਤੁਰ ਪਿਆ, ਜਦੋਂ ਪਲੇਨ ਦੇ ਵਿੱਚ ਮੀਟ ਜਾਂ ਸ਼ਰਾਬ ਭਾਜੀ
ਤੇ ਮੈਂ ਇਹਨਾਂ ਕੋਲ ਉੱਠ ਕੇ ਗਿਆ, ਮੈਂ ਕਿਹਾ ਮੈਨੂੰ ਗੁਰੂ ਗ੍ਰੰਥ ਸਾਹਿਬ ਦਿਖਾਲ ਦਿਓ, ਦੇਖੋ ਇਹ ਕਿੱਡਾ ਕੁ ਕਰਮ ਹੋ ਰਿਹਾ। ਜਦੋਂ ਮੈਂ ਸਰੂਪ ਲੈ ਕੇ ਜਾ ਰਿਹਾ ਸੀ, ਇੱਕ ਏਅਰ ਹੋਸਟਰ ਨੇ ਮੈਨੂੰ ਏਅਰ ਹੁੰਦੀ ਜਿਹੜੀ ਉੱਥੇ ਕੰਮ ਕਰਦੀ ਸੀ ਲੇਡੀ, ਉਹਨੇ ਰੋ ਕੇ ਦੱਸਿਆ, ਭਾਜੀ ਹੁਣ ਤੁਸੀਂ ਦੇਖੋ ਜਿੱਥੇ ਲੈ ਕੇ ਚੱਲੇ ਆ, ਚਾਹੀਦਾ ਇਹ ਸੀ ਕਿ ਇਹਦੇ ਲਈ ਕੋਈ ਚਾਰਟਰ ਫਲਾਈਟ ਹੁੰਦੀ ਜਾਂ ਕੋਈ ਇਹਦੇ ਲਈ ਕੋਈ ਵਧੀਆ ਇਹਨਾਂ ਦਾ ਇੰਤਜ਼ਾਮ ਕੀਤਾ ਹੁੰਦਾ, ਹੁਣ ਉੱਥੇ ਹੀ ਮੀਟ ਸ਼ਰਾਬ ਵਰਤਣਾ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਜਾ ਰਹੇ ਨੇ। ਮੈਂ ਭਾਜੀ ਇਹਨਾਂ ਨੇ ਜਦੋਂ ਇੰਡੀਆ ਉੱਥੇ ਪਲੇਨ ਦੇ ਵਿੱਚ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਇਹ ਝੁੰਡ ਜਿਹਾ ਬਣਾ ਕੇ ਮੇਰੇ ਆਲੇ ਦੁਆਲੇ ਖੜ ਗਏ। ਇੱਕ ਬੰਦਾ ਮੇਰੇ ਇਹਦੇ ਵਿੱਚ, ਉਹਦੀ ਫੋਟੋ ਵੀ ਆ, ਉਹਨੇ ਆਪਣੇ ਆਪ ਨੂੰ ਮੈਨੂੰ ਕਹਿੰਦਾ, ਮੈਨੂੰ, ਮੈਂ ਪਤਾ ਕੌਣ, ਮੈਂ ਕਿਹਾ ਕੌਣ ਆ, ਕਹਿੰਦਾ ਮੈਂ ਸਰਜੀਤ ਸਿੰਘ ਦਾ ਜਵਾਈ ਆ, ਮੈਂ ਦਿੱਲੀ 'ਚ ਵਕੀਲ ਹਾਂ ਜੀ। ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਸਿਰ ਤੇ ਪੱਗ ਬੰਨੀ ਆ, ਤੁਸੀਂ ਜੋ ਕਰਮ ਕਰਦੇ ਆ ਮਾੜਾ ਕਰ ਰਹੇ ਹੋ, ਵੀ ਇਹ ਤੁਸੀਂ ਇਹ, ਮੈਨੂੰ ਕਹਿੰਦੇ ਚੁੱਪ ਕਰਕੇ ਨੀ, ਕਰੂ ਮੈਂਬਰ ਸੱਦ ਲਏ, ਕਹਿੰਦੇ ਉੱਥੇ ਜਾ ਕੇ ਬੈਠ ਜਾ। ਭਾਜੀ ਮੈਂ ਕੁਛ ਨੀ ਕਰ ਸਕਦਾ, ਮੈਂ ਜਾ ਕੇ ਆਪਣੀ ਸੀਟ ਤੇ ਬਹਿ ਗਿਆ। ਜਦੋਂ ਪਲੇਨ ਦਿੱਲੀ ਜਾ ਕੇ ਲੱਗਾ, ਮੈਂ ਇਹਨਾਂ ਨੂੰ ਫੇਰ ਟਰਾਈ ਕੀਤੀ, ਮੈਂ ਕਿਹਾ ਵੀ ਤੁਸੀਂ ਮੈਨੂੰ ਇੰਨਾ ਦੱਸੋ ਵੀ ਇਹ ਸਰੂਪ ਜਿਹੜੇ ਮਹਾਰਾਜ ਦੇ, ਇਹ ਕੌਣ? ਕਹਿੰਦੇ ਥੱਲੇ ਬੱਸ ਆਈ ਹੋਊਗੀ, ਅਸੀਂ ਤੈਨੂੰ ਦਿਖਾਲ ਦਾਂਗੇ, ਉਹ ਬੱਸ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ, ਠੀਕ ਆ ਜੀ। ਮੈਂ ਭਾਜੀ ਉੱਥੇ ਦੇਖਿਆ ਕੋਈ ਬੱਸ ਨਹੀਂ ਸੀ, ਕੋਈ ਕੁਛ ਨਹੀਂ ਸੀ, ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਇੱਥੋਂ ਚਲਾ ਜਾ। ਤੇ ਫਿਰ ਕਿੱਥੇ ਗਏ ਉਸ ਰੂਪ ਜਦ ਦਿੱਲੀ ਏਅਰਪੋਰਟ ਉਤਰੇ? ਮੈਨੂੰ ਭਾਜੀ ਇਹਨਾਂ ਨੇ ਨਾ ਸਰੂਪ ਦਿਖਾਲੇ ਆ ਜੀ, ਨਾ ਪਤਾ ਲੱਗਾ ਇਹ ਕਿੱਥੇ ਸਰੂਪ ਲੈ ਕੇ ਗਏ ਆ। ਜਿੱਥੋਂ ਤੱਕ ਮੈਨੂੰ ਆਏ, ਜਿੱਥੇ ਆਪਣੇ ਲਗਜ ਵਗੈਰਾ ਬਾਕੀ ਜਾ ਰਿਹਾ, ਮੈਂ ਤਾਂ ਉੱਥੇ ਮੈਨੂੰ ਮੇਰੀ ਮੁਤਾਬਕ ਉੱਥੋਂ ਉਹਨਾਂ ਦੇ ਵਿੱਚੇ ਲੈ ਕੇ ਗਏ ਆ ਜੀ। ਫਿਰ ਜਦੋਂ ਭਾਜੀ ਮੈਂ ਇਹ ਤੋਂ ਪਤਿਆ ਕੇ ਆਪਣੇ ਕਸ਼ਮੀਰ ਸਿੰਘ ਤੋਂ ਇਹਦਾ ਨੰਬਰ ਲੈ ਲਿਆ ਸੀ ਜੀ, ਮੈਂ ਇਹਨੂੰ ਪੁੱਛਿਆ ਵੀ ਤੁਸੀਂ ਕੀ ਕਰਦੇ ਆ? ਕਸ਼ਮੀਰ ਸਿੰਘ ਨੇ ਕਿਹਾ ਵੀ ਇੱਥੋਂ ਸਰੂਪ ਅਸੀਂ ਲੈ ਕੇ ਜਾਂਦੇ ਹਾਂ ਮਾਈ ਭਾਗੋ ਡੇਰਾ ਦਿੱਲੀ, ਉੱਥੇ ਇਹਨਾਂ ਦੀ ਅਸੀਂ ਸਿਆਹੀ ਲਾਉਂਦੇ ਹਾਂ ਜੀ। ਮੈਂ ਇਹਨੂੰ ਕਿਹਾ ਵੀ ਜੇ ਸੰਸਕਾਰ ਹੀ ਕਰਨਾ, ਤੁਸੀਂ ਸਿਆਹੀ ਕਾਹਤੋਂ ਲਾਉਂਦੇ ਆ? ਇਹ ਭਾਜੀ ਚੁੱਪ ਕਰ ਗਿਆ। ਕੋਈ ਸਾਡੇ ਕੋਲ ਅਜਿਹਾ ਪ੍ਰੂਫ ਕਿ ਉਹ ਸਿਆਹੀ ਲਾਉਂਦੇ ਨੇ ਜਾਂ ਫਿਰ ਕੋਈ ਬੇਦਬੀ ਉੱਥੇ ਹੋ ਰਹੀ ਹੈ, ਕੋਈ ਅਜਿਹੀ ਜਾਣਕਾਰੀ ਤੁਹਾਡੇ ਕੋਲ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ? ਮੇਰੇ ਕੋਲ ਭਾਜੀ, ਫਿਰ ਮੈਂ ਤੁਹਾਨੂੰ ਗੱਲ ਦੱਸਦਾ, ਫਿਰ ਅਸੀਂ ਇਹਨਾਂ ਦੇ ਮਾਈ ਭਾਗੋ ਡੇਰੇ ਤੇ ਵੀ ਗਏ ਆ ਜੀ। ਮਾਈ ਭਾਗੋ ਡੇਰੇ ਮੈਂ ਇਹਨਾਂ ਦੇ ਗਿਆ, ਮੇਰੇ ਕੋਲ ਉੱਥੇ ਦੀਆਂ ਜਿਹੜੀਆਂ ਵੈਨਾਂ ਦੇ ਵਿੱਚ ਸਰੂਪ ਲੈ ਕੇ ਜਾਂਦੇ ਹੋ, ਵੈਨਾਂ ਦੀਆਂ ਮੈਂ ਫੋਟੋ ਖਿੱਚੀਆਂ ਇਹਨਾਂ ਦੇ ਜਿਹੜਾ ਦਿੱਲੀ ਦੇ ਕਰੋਲ ਬਾਗ ਦੇ ਵਿੱਚ ਜਿੱਥੇ ਤੁਸੀਂ ਦੱਸ। ਹਾਂਜੀ ਹਾਂਜੀ, ਫਿਰ ਇਹਨਾਂ ਦੇ ਮਾਈ ਭਾਗੋ ਡੇਰੇ ਦੇ ਮੈਂ ਅੰਦਰ ਵੀ ਗਿਆ, ਉੱਥੇ ਹਰ ਇੱਕ ਨੂੰ ਵੜਨ ਨਹੀਂ ਦਿੰਦੇ। ਮੈਂ ਜਾ ਕੇ ਅੰਦਰ ਵੀ, ਉਹ ਡੇਰੇ ਦੇ ਵਿੱਚ ਵੀ ਭਾਜੀ ਕੋਈ ਮਰਿਆਦਾ ਵਾਲੀ ਗੱਲ ਨਹੀਂ ਜਿੱਥੇ ਜਾ ਕੇ ਇਹਨਾਂ ਨੇ ਇਹ ਕੰਮ ਕਿਹਾ। ਉੱਤੋਂ ਭਾਜੀ ਸਰੂਪਾਂ ਨੂੰ ਲੱਦ ਕੇ ਫਿਰ ਮੈਨੂੰ ਪਤਾ ਲੱਗਾ, ਮੈਂ ਇਹਨਾਂ ਦਾ ਪਿੱਛਾ ਕੀਤਾ, ਇਹ ਲੈ ਕੇ ਜਾਂਦੇ ਆ ਜੀ ਖੁਸ਼ਹਾਲਪੁਰ ਉੱਤਰਾਖੰਡ, ਸਹਿਸਪੁਰ ਖੁਸ਼ਹਾਲਪੁਰ ਉੱਤਰਾਖੰਡ ਜੀ ਜੀ। ਉੱਥੇ ਇਹਨਾਂ ਨੇ ਉੱਥੇ ਜਾ ਕੇ ਬੀੜਾਂ ਨੂੰ ਜੀ, ਇਹ ਜਿੱਥੇ ਕਹਿੰਦੇ ਅਸੀਂ ਸੰਸਕਾਰ ਕਰਦੇ ਹਾਂ ਨਾ, ਸੰਸਕਾਰ ਸਿਰਫ ਗੋਬਿੰਦਵਾਲ ਸਾਹਿਬ ਕੀਤਾ ਜਾਂਦਾ, ਠੀਕ ਹੈ ਜੀ ਜੀ। ਇਹ ਉੱਥੇ ਜਾ ਕੇ ਜਿਸ ਹਿਸਾਬ ਨਾਲ ਬੀੜਾਂ ਨੂੰ ਅਗਨ ਭੇਟ ਕਰਦੇ ਆ, ਉਹ ਵੀ ਮੇਰਾ ਦੇਖ ਕੇ ਭਾਜੀ ਰੂਹ ਕੰਬ ਗਈ, ਜਿੱਦਾਂ ਦੇ ਇਹ ਕੁਕਰਮ ਲੋਕ ਉੱਥੇ ਕਰ ਰਹੇ ਨੇ। ਤੇ ਮੇਰਾ ਤਾਂ ਇੱਕ ਨਿਮਾਣੇ ਜਿਹਾ ਸਿੱਖ ਹੋਣ ਦੇ ਨਾਤੇ ਕਰ ਰਹੇ ਸੀਗੇ ਇਹ ਜੀ, ਮੈਨੂੰ ਉਹਨਾਂ ਨੇ ਉਸ ਅੰਦਰ ਨਹੀਂ ਜਾਣ ਦਿੱਤਾ ਡੇਰੇ ਦੇ, ਇਹ ਬਾਹਰੋਂ ਜਦੋਂ ਸਰੂਪ ਬੇਅਦਬੀ ਤਾਂ ਤੁਸੀਂ ਜਦੋਂ ਇੱਥੋਂ ਇਹਨਾਂ ਨੇ ਕਰਤੀ ਜੀ, ਉਹ ਤਾਂ ਇੱਥੋਂ ਹੀ ਸ਼ੁਰੂ ਹੋ ਗਿਆ ਬੇਅਦਬੀ ਦਾ ਕੰਮ। ਬਾਕੀ ਜਿਹੜਾ ਇੰਡੀਆ ਜਾ ਕੇ ਕੰਮ ਕਰਦੇ, ਜਿੰਨੀ ਕੁ ਮੇਰੀ ਵਾਹ ਭਾਜੀ ਚੱਲੀ, ਮੈਂ ਇਹਨਾਂ ਦੇ ਪਿੱਛੇ ਲੱਗਾ ਰਿਹਾ, ਇਹਨਾਂ ਦੀਆਂ ਜਿੰਨੀਆਂ ਵੀ ਫੋਟੋ ਸੀ, ਜਿੰਨੀਆਂ ਵੀ ਜੋ ਵੀ ਮੇਰੇ ਹੱਥ ਆਇਆ, ਮੈਂ ਸਾਰਾ ਕੌਮ ਦੇ ਸਾਹਮਣੇ ਰੱਖਿਆ, ਤੇ ਜਿੰਨਾ ਕੁ ਮੇਰੇ ਕੋਲ ਹੋਰ ਵੀ ਪ੍ਰੂਫ ਆ, ਮੈਂ ਹੋਰ ਵੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਪਰ ਮੈਨੂੰ ਇੰਨਾ ਦਰਦ ਹੋਇਆ ਕਿ ਇਹ ਜੋ ਗੁਰੂ ਗ੍ਰੰਥ ਸਾਹਿਬ ਸਾਂਝੀ ਮਨੁੱਖਤਾ ਦਾ ਸਾਰਿਆਂ ਦਾ ਸਾਂਝਾ ਆ ਜੀ, ਤੇ ਇਸ ਟੌਪਿਕ ਦੇ ਉੱਤੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ, ਅਕਾਲ ਤਖਤ ਆਪਣੇ ਜਥੇਦਾਰ ਲੌਂਗੋਵਾਲ ਸਾਹਿਬ ਤੇ ਹੋਰ ਆਪਣੇ ਭਾਈ ਰਣਜੀਤ ਸਿੰਘ ਤੇ ਦਿੱਲੀ ਦੇ ਆਪਣੇ ਆਪਣੇ ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਬੰਗਲਾ ਸਾਹਿਬ ਤੇ ਆਪਣੇ ਜੀ ਜਥੇਦਾਰ ਵੇਦਾਂਤੀ ਸਾਹਿਬ, ਇਹਨਾਂ ਸਾਰਿਆਂ ਦੇ ਨੋਟਿਸ ਵਿੱਚ ਲਿਆਂਦਾ ਹੈ ਜੀ। ਇਹਨਾਂ ਨੇ ਮੇਰੇ ਕੋਲ 20 ਤਰੀਕ ਤੱਕ ਦਾ ਸਮਾਂ ਮੰਗਿਆ ਸੀ, ਅੱਜ ਮੈਨੂੰ ਹੁਣੇ ਹੀ ਫੋਨ ਆ ਕੇ ਹਟਿਆ ਵੀ ਤੁਸੀਂ ਆਪਣੀ ਵੈਬਸਾਈਟ ਖੋਲ ਕੇ ਦੇ ਲਓ। ਕੱਲ ਉਹਨਾਂ ਨੇ ਮਤਾ ਪਾਸ ਕਰ ਦਿੱਤਾ ਜੀ, ਉਹਨਾਂ ਨੇ ਮੇਨ ਇਹੀ ਰੱਖਿਆ ਆਪਣੇ ਆਧਾਰ ਤੇ ਵੀ ਬੇਅਦਬੀ ਹੋਈ ਆ ਜੀ, ਇਹਦੇ ਤੇ ਅਸੀਂ ਕਾਰਵਾਈ ਲੱਗੇ ਆ ਜੀ ਕਰਨ। ਤੇ ਇਹਦੇ ਤੋਂ ਭਾਜੀ ਇੰਨਾ ਕੁਛ ਕਰਨ ਦੇ ਬਾਵਜੂਦ ਮੈਨੂੰ ਧਮਕੀਆਂ ਵੀ ਭਾਜੀ ਮਿਲ ਰਹੀਆਂ, ਮੈਂ ਤੁਹਾਡੇ ਟੀਵੀ ਦੇ ਮਾਧਿਅਮ ਤੇ ਰਹਿਣ ਦੱਸਣਾ ਮੰਗਦਾ ਜੀ। ਹਾਂਜੀ, ਕਿਸ ਗੱਲ ਦੀ ਧਮਕੀ ਔਰ ਕਿੱਥੋਂ ਮਿਲ ਰਹੀਆਂ ਤੁਹਾਨੂੰ ਧਮਕੀਆਂ? ਉਹਨਾਂ ਨੇ ਭਾਜੀ ਮੈਨੂੰ ਇੰਡੀਆ ਤੋਂ ਵੀ, ਮੇਰੇ ਕੋਲ ਨੰਬਰ ਵੀ ਪਏ ਆ ਜੀ, ਮੇਰੇ ਕੋਲ ਇੰਡੀਆ ਤੋਂ ਵੀ ਆਈਆਂ, ਮੈਨੂੰ ਇੱਥੋਂ ਵੀ ਆਈਆਂ, ਉਹਨਾਂ ਨੇ ਮੈਨੂੰ ਦੋ ਗੱਲਾਂ ਕਹੀਆਂ ਕਿ ਜਿਹੜੀਆਂ ਆਈ ਔਰ ਕੀ ਕਿਹਾ ਤੁਹਾਨੂੰ? ਮੈਨੂੰ ਭਾਜੀ ਉਹਨਾਂ ਨੇ ਇਹੀ ਕਿਹਾ ਵੀ ਜਾਂ ਇੱਕ ਤਾਂ ਜਿਹੜੀ ਆ ਤੂੰ ਕੰਮ ਕਰ ਰਿਹਾ ਇਹ ਗਲਤ ਕਰ ਦਿੱਤਾ, ਦੂਸਰਾ ਯੂਟਿਊਬ ਤੋਂ ਤੂੰ ਫੋਨ ਕਰਕੇ ਚੈਨਲਾਂ ਤੋਂ ਮੂਵੀਆਂ ਡਿਲੀਟ ਕਰਾ, ਤੇ ਨਹੀਂ ਤਾਂ ਫਿਰ ਤੇਰੇ ਕੋਲ ਸਾਡੇ ਕੋਲ ਦੂਜਾ ਰਾਇਆ, ਅਸੀਂ ਤੁਸੀਂ ਯੂਟਿਊਬ ਤੇ ਕੀ ਕੰਮ ਕੀਤਾ? ਜਿਹੜਾ ਜੀ ਆਪਣੇ ਖਾਲਸ ਟੀਵੀ ਜਾਂ ਆਪਣੇ ਪ੍ਰਾਈਮ ਟੀਵੀ ਏਸ਼ੀਆ ਨੇ ਜਿਹੜਾ ਪਹਿਲਾਂ ਵੀਡੀਓ ਮੇਰੀ ਇੰਟਰਵਿਊ ਕਰਕੇ ਪਾਈਆਂ, ਜੋ ਇਹਨਾਂ ਦੀਆਂ ਫੋਟੋ ਵਾਇਰਲ ਹੋਈਆਂ ਜੋ ਦਿਖਾਲਿਆ ਗਿਆ ਜੀ, ਠੀਕ ਹੈ ਜੀ, ਇਹਨਾਂ ਨੇ ਮੈਨੂੰ ਇਹ ਕਿਹਾ ਵੀ ਤੂੰ ਇਹ ਸਾਰਾ ਕੁਝ ਡਿਲੀਟ ਕਰਾ ਤੇ ਸਾਡੇ ਨਾਲ ਪੰਗਾ ਨਾ ਲੈ, ਨਹੀਂ ਤਾਂ ਤੇਰਾ ਅਸੀਂ ਹਸ਼ਰ ਮਾੜਾ ਕਰਾਂਗੇ ਜੀ। ਤੇ ਤੁਸੀਂ ਫਿਰ ਕੀ ਕੀਤਾ ਉਸ ਤੋਂ ਬਾਅਦ? ਮੈਂ ਉਸ ਤੋਂ ਬਾਅਦ ਅੱਜ ਜੀ ਮੈਨੂੰ ਮੈਂ ਸਾਰੇ ਟੀਵੀ ਚੈਨਲਾਂ ਦੇ ਉੱਪਰ ਦੱਸ ਦਿੱਤਾ, ਮੈਂ ਇੱਥੇ ਦੇ ਜਿਹੜੇ ਮੇਨ ਮੇਨ
ਤੁਸੀਂ ਸਾਨੂੰ ਦੇ ਸਕਦੇ ਹੋ ਕਿ ਜਿਹਦੇ ਉੱਤੇ ਅਸੀਂ ਚੈੱਕ ਕਰ ਸਕੀਏ ਕਿ ਵਾਕਈ ਤੁਹਾਨੂੰ ਕੋਈ ਧਮਕੀ ਮਿਲੀ ਹੈ ਜਾਂ ਫਿਰ ਉੱਥੋਂ ਮੇਰੇ ਕੋਲ ਭਾਜੀ ਰਿਕਾਰਡਿੰਗ ਵੀ ਹੋਈ ਹੈ? ਮੈਂ ਵੀਰ ਜੀ ਤੁਹਾਨੂੰ ਰਿਕਾਰਡਿੰਗ ਭੇਜ ਰਿਹਾ, ਮੈਂ ਤਾਂ ਮੇਰੇ ਕੋਲ ਰਿਕਾਰਡਿੰਗ ਵੀ ਪਈਆਂ ਜੀ ਇਹਨਾਂ ਦੀਆਂ। ਠੀਕ ਹੈ ਠੀਕ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਰਿਕਾਰਡ ਕਰਕੇ ਰੱਖੀਆਂ ਵੀਰ ਜੀ ਉਹਨਾਂ ਦੀਆਂ ਜੋ ਜੋ ਤੁਹਾਨੂੰ ਪਤਾ। ਮੈਂ ਬ੍ਰੇਕ ਦੇ ਉੱਤੇ ਜਾਣਾ ਹੈ ਮੇਰੇ ਕੋਲ, ਲੇਕਿਨ ਇਹ ਦੱਸ ਦਿਓ ਤੁਹਾਨੂੰ ਕਿਉਂ ਲੱਗਦਾ ਹੈ ਜਾਂ ਫਿਰ ਕਿਉਂ ਹੋ ਰਿਹਾ ਹੈ ਸਭ ਕੁਝ, ਇਹਦੇ ਪਿੱਛੇ ਕੀ ਕਾਰਨ ਹੋ ਸਕਦਾ? ਦੇਖੋ ਜੀ, ਇਹ ਤਾਂ ਹੁਣ ਆਪਣੀਆਂ ਜਿਹੜੀਆਂ ਸਰਮੌਰ ਜਥੇਬੰਦੀਆਂ ਇਹਦੇ ਉੱਪਰ ਉਹੀ ਕੰਮ ਕਰ ਰਹੀਆਂ, ਜਵਾਬ ਉਹ ਵੀ ਦਊਗੀਆਂ ਜੀ, ਤੇ ਜਿੰਨਾ ਕੁ ਮੇਰੇ ਕੋਲ ਵਾਹ ਚੱਲੀ ਮੈਂ ਤੁਹਾਨੂੰ ਹੋਰ ਵੀ ਸਬੂਤ ਜਿਹੜੇ ਹੈਗੇ ਆ ਉਹ ਵੀ ਦਵਾਂਗਾ। ਪਰਸੋਂ ਸਾਡੀ ਕਾਨਫਰੰਸ ਵਾ ਜੀ ਸਟਾਕਟਨ ਗੁਰੂ ਘਰ ਦੇ ਵਿੱਚ ਜੀ, ਉੱਥੇ ਸਾਰੀਆਂ ਜਥੇਬੰਦੀਆਂ ਆ ਰਹੀਆਂ, ਜਿਹੜਾ ਉੱਥੇ ਫੈਸਲਾ ਲਿਆ ਜਾਊਗਾ। ਸਾਡੇ ਰਿਪ੍ਰੈਜ਼ੈਂਟੇਟਿਵ ਜਿਹੜੇ ਨੇ ਉਹ ਸਟਾਕਟਨ ਗੁਰੂ ਘਰ ਪਹੁੰਚ ਜਾਣਗੇ, ਤੁਹਾਡੀ ਪ੍ਰੈਸ ਕਾਨਫਰੰਸ ਨੂੰ ਬਕਾਇਦਾ ਤੌਰ ਤੇ ਤੁਸੀਂ ਕਵਰ ਕਰਾਂਗੇ ਜੀ। ਸੈਕਰਾਮੈਂਟੋ ਗੁਰੂ ਘਰ ਜੀ, ਸੈਕਰਾਮੈਂਟੋ, ਸੈਕਰਾਮੈਂਟੋ ਗੁਰੂ ਘਰ ਜਿਹੜੇ ਨੇ ਸਾਡੇ ਰਿਪ੍ਰੈਜ਼ੈਂਟੇਟਿਵ ਕੈਲੀਫੋਰਨੀਆ ਟੀਮ ਦੇ, ਉਹ ਤੁਹਾਡੇ ਕੋਲ ਪਹੁੰਚਣਗੇ ਔਰ ਉਸ ਉਹਨੂੰ ਕਵਰ ਵੀ ਕਰਨਗੇ, ਤੇ ਤੁਸੀਂ ਆਪਣੇ ਜਿਹੜੇ ਵਿਟਨੈਸ ਹੈ ਜਾਂ ਫਿਰ ਕੋਈ ਵੀ ਐਵੀਡੈਂਸ ਹੈ ਤੁਸੀਂ ਜ਼ਰੂਰ ਸਾਡੀ ਟੀਮ ਨੂੰ ਮੁਹੱਈਆ ਕਰਾਇਓ। ਅਸੀਂ ਇਸ ਮੁੱਦੇ ਨੂੰ ਬਿਲਕੁਲ ਆਪਣੇ ਦਰਸ਼ਕਾਂ ਦੇ ਲਈ ਹਰ ਇੱਕ ਪਲ ਪਲ ਦੀ ਜਾਣਕਾਰੀ ਦੇਣਾ ਚਾਹੁੰਦੇ ਹਾਂ, ਲੇਕਿਨ ਅਸੀਂ ਉਹ ਦੱਸਣਾ ਚਾਹੁੰਦੇ ਹਾਂ ਜੋ ਵਾਕਈ ਹੀ ਜ਼ਮੀਨੀ ਪੱਧਰ 'ਤੇ ਵਾਪਰ ਰਿਹਾ। ਜੇਕਰ ਅਜਿਹੀ ਕੋਈ ਗੱਲ ਹੈ ਤਾਂ ਅਸੀਂ ਜ਼ਰੂਰ ਉਹਨਾਂ ਗਿਆਨੀ ਜਿਹੜੇ ਗੁਰੂ ਘਰ ਦੇ ਗਿਆਨੀ ਨੇ, ਭਾਵੇਂ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧ ਰੱਖਦੇ ਹਨ, ਭਾਵੇਂ ਉਹ ਬੰਗਲਾ ਸਾਹਿਬ ਦੇ ਨਾਲ ਸੰਬੰਧ ਰੱਖਦੇ ਹਨ, ਤੁਸੀਂ ਗਿਆਨੀ ਰਣਜੀਤ ਸਿੰਘ ਹੋਰਾਂ ਦਾ ਨਾਂ ਲਿਆ, ਅਸੀਂ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਹੈ ਕੀ ਹੋ ਰਿਹਾ, ਅਤੇ ਉਹਨਾਂ ਦੀ ਵੀ ਟਿੱਪਣੀ ਅਸੀਂ ਜ਼ਰੂਰ ਅੱਜ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ। ਜਸਪਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇਸ ਵਿਸ਼ੇ ਸਿੰਘ ਸਾਹਿਬ ਇੱਕ ਮੇਰੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ। ਚਲੋ ਬੇਅਦਬੀ ਤਾਂ ਹੋਈ ਆ, ਉਹ ਤਾਂ ਸਾਰਿਆਂ ਨੂੰ ਪਤਾ ਕਿ ਇਹਨਾਂ ਨੇ ਬੇਅਦਬੀ ਕੀਤੀ ਆ, ਪਰ ਉਹ ਲੋਕ ਵੀ ਬੇਅਦਬੀ ਜਿਨ੍ਹਾਂ ਤੋਂ ਇਹਨਾਂ ਨੇ ਸਰੂਪ ਲਏ ਆ ਜੀ, ਜਾਂ ਜਿਨ੍ਹਾਂ ਨੇ ਇਹਨਾਂ ਨੂੰ ਸਰੂਪ ਦਿੱਤੇ ਆ, ਕਿਉਂਕਿ ਇੱਕ ਆਪਣੀਆਂ ਪ੍ਰਬੰਧਕ ਕਮੇਟੀਆਂ ਆਪਾਂ ਚੁਣ ਕੇ ਗੁਰੂ ਘਰਾਂ 'ਚ ਬਹਿੰਦੇ, ਉਹਨਾਂ ਦੀ ਕੋਈ ਜ਼ਿੰਮੇਵਾਰੀ ਹੁੰਦੀ ਆ, ਠੀਕ ਆ ਜੀ? ਜਿਨ੍ਹਾਂ ਨੇ ਇਹਨਾਂ ਨੂੰ ਸਰੂਪ ਦਿੱਤੇ ਆ ਉਹਨੇ ਗੁਨਾਹਗਾਰ ਉਹ ਵੀ ਲੋਕ ਨੇ, ਬਣਦੀ ਕਾਰਵਾਈ ਉਹਨਾਂ 'ਤੇ ਵੀ ਕੀਤੀ ਜਾਵੇ, ਤੇ ਉਹਨਾਂ 'ਤੇ ਤਾਂ ਹੋਣੀ ਹੋਣੀ ਆ ਜੀ, ਠੀਕ ਆ ਜੀ? ਤੇ ਇੰਨਾ ਜੇ ਕੋਈ ਮੇਰੇ ਕੋਲ ਗਲਤੀ ਹੋ ਗਈ ਹੋਵੇ, ਜਿੰਨੇ ਕੁ ਮੇਰੇ ਕੋਲ ਹੋਰ ਵੀ ਸਬੂਤ ਆ, ਮੈਂ ਸਮੂਹ ਸਾਧ ਸੰਗਤ ਚਰਨਾਂ 'ਚ ਬੇਨਤੀ, ਇੱਕ ਰੋਡ ਮੈਪ ਬਣਨਾ ਚਾਹੀਦਾ, ਸਾਰੇ ਗੁਰੂ ਘਰਾਂ ਨੂੰ ਨਾਲ ਜੁੜਨਾ ਚਾਹੀਦਾ, ਇਹਦੇ ਉੱਤੇ ਵੀ ਅਸੀਂ ਜ਼ਰੂਰ ਟਿੱਪਣੀ ਲਵਾਂਗੇ। ਸਾਡੇ ਨਾਲ ਕਈ ਬਕਾਇਦਾ ਤੌਰ ਦੇ ਉੱਤੇ ਹੁਣ ਗੈਸਟ ਜੁੜ ਰਹੇ ਨੇ ਇਸ ਮੁਤਲਕ, ਬਹੁਤ ਬਹੁਤ ਮਿਹਰਬਾਨੀ ਜਸਪਾਲ ਸਿੰਘ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਫਿਲਹਾਲ ਮੈਂ ਇੱਕ ਬ੍ਰੇਕ ਲਈ ਰੁਕ ਲਿਓ, ਜਦ ਬ੍ਰੇਕ ਤੋਂ ਬਾਅਦ ਮੈਂ ਵਾਪਸ ਆਵਾਂਗਾ। ਗਿਆਨੀ ਰਣਜੀਤ ਸਿੰਘ, ਹੈੱਡ ਗ੍ਰੰਥੀ ਬੰਗਲਾ ਸਾਹਿਬ, ਉਹਨਾਂ ਦੀ ਟਿੱਪਣੀ ਅਸੀਂ ਲਵਾਂਗੇ ਇਸ ਮੁਤਲਕ, ਉਹ ਕੀ ਕੁਝ ਸਾਡੇ ਨਾਲ ਰੱਖਣਾ ਚਾਹੁੰਦੇ ਹਨ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਹਨ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਬੰਗਲਾ ਸਾਹਿਬ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ ਕੀ ਕੁਝ ਮਰਿਆਦਾ ਜਿਹੜੀ ਹੈ ਉਹ ਫੋਲੋ ਕਰਨੀ ਚਾਹੀਦੀ ਹੈ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਂਦੇ ਹਾਂ ਏਅਰਪੋਰਟ ਤੋਂ ਜਾਂ ਫਿਰ ਅਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਮੰਗਵਾਉਂਦੇ ਹਾਂ। ਪ੍ਰੋਟੋਕੋਲ ਜਿਹੜੀ ਹੈ ਉਹ ਕੀ ਫੋਲੋ ਕਰਨੀ ਚਾਹੀਦੀ ਹੈ ਇਸ ਉੱਤੇ ਥੋੜ੍ਹਾ ਜਿਹਾ ਚਾਨਾ ਪਾਉਂਦੇ ਹਾਂ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ, ਸਭ ਤੋਂ ਪਹਿਲਾਂ ਮੈਂ ਚਾਨਣਾ ਪਾਉਣਾ ਚਾਹਾਂਗਾ ਔਰ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਜ਼ਰੂਰ ਦੇਣਾ ਚਾਹਾਂਗਾ ਕਿ ਜਿਹੜੀ ਮਰਿਆਦਾ ਹੈ ਉਹ ਕਿਸ ਤਰੀਕੇ ਨਾਲ ਫੋਲੋ ਕਰਨੀ ਚਾਹੀਦੀ ਹੈ, ਔਰ ਜਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸੰਸਕਾਰ ਕਰਦੇ ਹਾਂ ਜਾਂ ਫਿਰ ਅਗਨ ਭੇਟ ਕਰਦੇ ਹਾਂ ਜਾਂ ਜਿਹੜਾ ਪ੍ਰੋਸੀਜਰ ਹੈਗਾ ਉਹ ਕਿਸ ਤਰੀਕੇ ਨਾਲ ਫੋਲੋ ਹੁੰਦਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ? ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ, ਕਿਉਂਕਿ ਅੱਜ ਅਮਰੀਕਾ ਦੀ ਧਰਤੀ ਤੋਂ ਹੀ ਇਹ ਸਾਨੂੰ ਖਬਰ ਆਈ ਆ ਜੀ, ਤੇ ਉੱਥੇ ਏਅਰਪੋਰਟ ਦੇ ਉੱਪਰ ਸਤਿਗੁਰੂ ਜੀ ਦਾ ਸਤਿਕਾਰ ਹੋਣ ਦੀ ਥਾਂ ਤੇ ਮੈਕਸੀਮਮ ਅਨਾਦਰ ਕੀਤਾ ਗਿਆ ਜੀ, ਭਾਵੇਂ ਉਹ ਅਣਜਾਣੇ ਚ ਕੀਤਾ ਗਿਆ, ਭਾਵੇਂ ਅਮਰੀਕਨ ਸਿਕਿਉਰਿਟੀ ਦੇ ਸਿਸਟਮ ਦੇ ਰੀਜਨ ਵਿੱਚ ਕੀਤਾ ਗਿਆ ਜੀ। ਇਹਦੇ ਲਈ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਨਾਲ ਹਰ ਜਿਹੜਾ ਧਰਮ ਦੇ ਨਾਲ ਪਿਆਰ ਰੱਖਣ ਵਾਲਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਵਾਲਾ ਆ, ਉਹਨਾਂ ਸਾਰਿਆਂ ਦੇ ਮਨ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਦੁੱਖ ਹੋਇਆ ਜੀ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਮਾਫ਼ੀ ਮੰਗਦੇ। ਹੁਣ ਉਹ ਕਿੰਨੀ ਕੁ ਮੰਗਦੇ ਨੇ ਜਿੰਨਾ ਕੀਤਾ ਮੈਨੂੰ ਨਹੀਂ ਪਤਾ, ਪਰ ਅਸੀਂ ਮੰਗਦੇ ਹਾਂ ਮਾਫ਼ੀ ਵੀ ਸੱਚੇ ਪਾਤਸ਼ਾਹ, ਤੇਰੇ ਸਿੱਖਾਂ ਦੇ ਹੁੰਦਿਆਂ, ਸਿੱਖਾਂ ਦੇ ਕੋਲ ਸਰਦਾਰੀਆਂ ਦੇ ਹੁੰਦਿਆਂ ਸੱਚੇ ਪਾਤਸ਼ਾਹ ਅਸੀਂ ਤੇਰਾ ਅਦਬ ਨਹੀਂ ਰੱਖ ਸਕਦੇ, ਨਹੀਂ ਰੱਖ ਰਹੇ ਅਸੀਂ, ਇਹਦੇ ਲਈ ਸਾਨੂੰ ਮਾਫ਼ ਕਰ ਦੇਣਾ। ਦੂਸਰੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਜਿਹੜਾ ਆ, ਵੇਖੋ ਅੱਜ ਤੋਂ ਬਹੁਤ ਸਾਲ ਪਹਿਲਾਂ ਜਿਹੜਾ ਸੀ ਉਹ ਲਿਜਾਇਆ ਜਾ ਸਕਦਾ ਸੀ, ਉਹ ਇਸ ਕਰਕੇ ਕਿ ਏਅਰਪੋਰਟ ਤੇ ਜਾ ਕੇ ਤੁਸੀਂ ਕਹਿੰਦੇ ਸੀ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਆ, ਤੇ ਤੁਸੀਂ ਮਹਾਰਾਜ ਦਾ ਸਰੂਪ ਸਿਰ ਤੇ ਕਿਸੇ ਬੈਗ ਦੇ ਵਿੱਚ ਚੁੱਕਿਆ ਹੁੰਦਾ ਸੀ, ਤੁਸੀਂ ਅੰਦਰ ਚਲੇ ਜਾਂਦੇ ਸੀ, ਤੁਹਾਨੂੰ ਸਕਿਉਰਟੀ ਦੇ ਉਹ ਜਿਹੜਾ ਐਕਸਰੇ ਮਸ਼ੀਨ ਹੁੰਦੀ ਉਹਦੇ ਚੋਂ ਲੰਘਣਾ ਨਹੀਂ ਸੀ ਪੈਂਦਾ। ਹੁਣ ਮੇਰਾ ਖਿਆਲ ਹੈ ਕਿ 9/11 ਤੋਂ ਬਾਅਦ
ਕੱਲਾ ਅਮਰੀਕਾ ਚ ਨਹੀਂ ਗਾ, ਪੂਰੇ ਵਰਲਡ ਦੇ ਵਿੱਚ ਹਾਲਾਤ ਇਹ ਬਣ ਗਏ ਆ ਵੀ ਸਾਨੂੰ ਤਾਂ ਜੁੱਤੀਆਂ ਵੀ ਲਾਉਣੀਆਂ ਪੈਂਦੀਆਂ ਜੀ। ਤੇ ਜੇ ਉਸੇ ਐਕਸਰੇ ਮਸ਼ੀਨ ਦੇ ਵਿੱਚ ਉਹਨਾਂ ਹੀ ਪ੍ਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੋਵੇ, ਉਹਨਾਂ 'ਚ ਜੁੱਤੀਆਂ ਪਈਆਂ ਹੋਣ, ਤੇ ਇਹ ਗੱਲਾਂ ਕਿਸੇ ਨੂੰ ਵੀ ਮਤਲਬ ਧਰਮੀ ਆਦਮੀ ਨੂੰ ਨਹੀਂ ਬਰਦਾਸ਼ਤ ਹੋਈਆਂ, ਤੇ ਇਹ ਫੈਸਲਾ ਕੀਤਾ ਗਿਆ ਕਿ ਬਾਈ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਲਿਆਂਦਾ ਜਾਵੇ ਜੀ। ਔਰ ਇਹੀ ਕਾਰਨ ਆ ਕਿ ਅੱਜ ਸ਼੍ਰੋਮਣੀ ਕਮੇਟੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਹੀ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਦੀ ਸੇਵਾ ਕਰਦੀਆਂ ਨੇ ਜੀ। ਹੋਰ ਕੋਈ ਨਹੀਂ ਕਰ ਸਕਦਾ, ਜੇ ਕੋਈ ਕਰ ਰਿਹਾ ਤੇ ਉਹ ਉਹਨੂੰ ਕੋਈ ਹੱਕ ਨਹੀਂ ਹੈਗਾ, ਔਰ ਉਹਦੀ ਅਕਾਲ ਤਖ਼ਤ ਤੇ ਸ਼ਿਕਾਇਤ ਵੀ ਹੋ ਸਕਦੀ ਆ ਔਰ ਉਹਦੇ ਅਗੇਂਸਟ ਪੁਲਿਸ ਪਰਚਾ ਵੀ ਹੋ ਸਕਦਾ ਆ ਜੀ। ਇਹ ਸਿਰਫ ਦੋ ਹੀ ਸੰਸਥਾਵਾਂ ਜਿਹੜੀਆਂ ਨੇ ਉਹ ਪ੍ਰਿੰਟਿੰਗ ਦੀ ਸੇਵਾ, ਉਹਦੀ ਮਹਾਰਾਜ ਦੀ ਬੈਂਡਿੰਗ ਦੀ ਸੇਵਾ, ਮਹਾਰਾਜ ਦੇ ਸਰੂਪ ਦੀ ਸਾਰੀ ਸੇਵਾ ਜਿਹੜੀ ਆ ਇਹ ਦੋ ਸੰਸਥਾਵਾਂ ਕਰਦੀਆਂ ਨੇ ਜੀ। ਔਰ ਅਸੀਂ ਕਿਸੇ ਨੂੰ ਵੀ ਹੁਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੰਦੇ ਨਹੀਂ ਬਾਈਅਰ ਲੈ ਕੇ ਜਾਣ ਵਾਸਤੇ ਜੀ। ਜਿਹੜਾ ਸਾਡੇ ਕੋਲ ਲੈਣ ਆਉਂਦਾ ਅਸੀਂ ਬਕਾਇਦਾ ਉਹਦੇ ਕੋਲੋਂ ਇਸ ਗੱਲ ਦਾ ਇੱਕ ਲੈਟਰ ਲੈਂਦੇ ਹਾਂ ਕਿ ਉਹ ਆਪਣੇ ਘਰ ਲੈ ਕੇ ਜਾ ਰਿਹਾ, ਔਰ ਕੋਸ਼ਿਸ਼ ਹੁੰਦੀ ਸਾਡੀ ਕਿ ਅਸੀਂ ਉਹਦੇ ਘਰ ਨੂੰ ਵੀ ਵੇਖਦੇ ਹਾਂ ਕਿ ਕੀ ਉਹਦੇ ਘਰ 'ਚ ਕਮਰਾ ਹੈਗਾ ਜਿੱਥੇ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ। ਠੀਕ ਹੈ। ਇਹ ਨਹੀਂ ਕਿ ਘਰ ਜਾ ਕੇ ਉਹ ਕਿਤੇ ਗੁੱਠ ਦੇ ਵਿੱਚ ਜਾਂ ਕਿਸੇ ਅਲਮਾਰੀ ਦੇ ਵਿੱਚ ਰੱਖ ਦਊਗਾ। ਠੀਕ ਹੈ। ਸੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਲੈ ਕੇ ਜਾਣ ਲਈ ਯਤਨ ਇਹ ਕੀਤਾ ਜਾ ਰਿਹਾ ਕਿ ਬਕਾਇਦਾ ਇੱਕ ਚਾਰਟਰਡ ਜਹਾਜ਼ ਹੋਵੇ ਔਰ ਉਹਦੇ ਵਿੱਚ ਮਹਾਰਾਜ ਦੇ ਸਰੂਪ ਬਾਹਰ ਜਾਣ, ਔਰ ਇੱਕ ਦੋ ਵਾਰੀ ਇਹਨਾਂ ਨੇ ਭੇਜੇ ਵੀ ਆ ਗਏ ਵੀ ਨੇ। ਉਸ ਤੋਂ ਬਾਅਦ ਫਿਰ ਇਹ ਵੀ ਯਤਨ ਕੀਤਾ ਗਿਆ, ਕੈਨੇਡਾ ਦੇ ਵਿੱਚ ਰਿਪ ਦਮਨ ਸਿੰਘ ਮਲਕ ਹੋਰਾਂ ਨੇ ਵੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਆਗਿਆ ਦੇਵੇ, ਤੇ ਯੂਬਾ ਸਿਟੀ ਵੀ ਕੋਸ਼ਿਸ਼ ਕੀਤੀ ਇਹਨਾਂ ਨੇ, ਸਰਦਾਰ ਦਰਦਾਰ ਸਿੰਘ ਬੈਂਸ ਹੋਰਾਂ ਨੇ 10-12 acres 13 acres ਜ਼ਮੀਨ ਦਿੱਤੀ ਕਿ ਉੱਥੇ ਸਕੂਲ ਖੋਲ੍ਹ ਦਿੱਤਾ ਜਾਵੇ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਦੀ ਗੱਲ ਹੋਵੇ। ਹੁਣ ਫਿਰ ਇਹਨਾਂ ਨੇ ਪਿੱਛੇ ਸ਼ਾਇਦ ਕੋਈ ਐਗਰੀਮੈਂਟ ਕੀਤਾ ਵਾਸ਼ਿੰਗਟਨ DC ਜੀ, ਕਿ ਉੱਥੇ ਮਹਾਰਾਜ ਦੇ ਸਰੂਪ ਜਿਹੜੇ ਨੇ ਪ੍ਰਿੰਟ ਹੋ ਸਕਣ ਜੀ। ਇੱਕ ਬੜੀ ਵੱਡੀ ਸਮੱਸਿਆ ਆ, ਦੇਖੋ ਨਾ ਤਾਂ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕੀਤਾ ਜਾ ਸਕਦਾ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਿੱਖ ਦਾ ਜੀਵਨ ਆ, ਸਿੱਖ ਦੀ ਰੂਹ ਆ ਜੀ। ਹਾਂਜੀ, ਤੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਸਿੱਖ ਦਾ ਜੀਵਨ ਜਿਹੜਾ ਆ ਉਹ ਅਧੂਰਾ ਹੀ ਨਹੀਂ ਗਾ, ਮੈਂ ਸਮਝਦਾ ਨਾਮੁਮਕਿਨ ਆ। ਠੀਕ ਹੈ। ਹਾਂਜੀ, ਸਿੱਖ ਨੂੰ ਗੁਰੂ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ, ਪਰ ਇੱਕ ਬੜੀ ਵੱਡੀ ਸਮੱਸਿਆ ਆ ਕਿ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਹਿਲੀ ਗੱਲ ਬਾਹਰ ਕਿੱਦਾਂ ਲੈ ਕੇ ਜਾਏ ਜਾਣ, ਕਿਉਂਕਿ ਏਅਰਪੋਰਟ ਸਿਸਟਮ ਜਿਹੜਾ ਹੈਗਾ ਉੱਥੇ ਅੱਜ ਤੁਸੀਂ ਬਿਲਕੁਲ ਇੰਨੇ ਸਮਰੱਥ ਨਹੀਂ ਹੈਗੇ ਕਿ ਤੁਹਾਨੂੰ ਕੋਈ ਵੱਖਰਾ ਕੋਈ ਉਹ VIP ਟ੍ਰੀਟਮੈਂਟ ਦੇਣ, ਕੋਈ ਵੱਖਰਾ ਪ੍ਰੋਟੋਕਾਲ ਤੁਹਾਡੇ ਲਈ ਹੋਵੇ ਕਿ ਮਹਾਰਾਜ ਦਾ ਸਰੂਪ ਉੱਧਰ ਦੀ ਲੈ ਕੇ ਚਲੇ ਜਾਓ, ਫਿਰ ਅੱਗੇ ਜਹਾਜ਼ ਵਿੱਚ ਜਾ ਕੇ ਵੀ ਰੱਖਣ ਦਾ ਤਰੀਕਾ ਜਿਹੜਾ ਉਹ ਵੇਖਿਆ ਹੀ ਆ ਤੁਸੀਂ ਜੀ, ਕਿ ਜਿੱਥੇ ਲੋਕਾਂ ਦੇ ਹੈਂਡ ਬੈਗ ਪਏ ਹੋਣਗੇ ਉੱਥੇ ਮਹਾਰਾਜ ਦਾ ਸਰੂਪ ਰੱਖ ਦਿਓਗੇ ਤੁਸੀਂ ਜੀ। ਤੋ ਇਸੇ ਤਰ੍ਹਾਂ ਜਦੋਂ ਵਿਦੇਸ਼ਾਂ ਦੇ ਵਿੱਚ ਜਿਹੜੇ ਬਿਰਧ ਸਰੂਪ ਹੋ ਜਾਂਦੇ ਆ ਜੀ, ਉਹ ਸਰੂਪ ਪਰਿਵਾਰ, ਵੇਖੋ ਇੱਕ ਵੇਲਾ ਮੈਂ ਕਹਿੰਦਾ ਵਕਤ ਵੀ ਮਾੜਾ ਆ ਗਿਆ, ਇੱਕ ਵੇਲਾ ਸੀ ਕਿ ਅਸੀਂ ਪੁਰਾਤਨ ਬੀੜ ਦੀ ਰਿਸਪੈਕਟ ਕਰਦੇ ਸੀ ਜੀ, ਜਿੰਨੀ ਬੀੜ ਪੁਰਾਤਨ ਹੁੰਦੀ ਸੀ ਹਾਂਜੀ ਉਹਨਾਂ ਅਦਬ ਸਨਮਾਨ ਸਾਡੇ ਮਨ ਵਿੱਚ ਵੱਧਦਾ ਸੀ, ਔਰ ਅੱਜ ਵੀ ਕਈ ਜਗ੍ਹਾ ਤੇ ਇਹ ਗੱਲ ਤੁਸੀਂ ਵੇਖੀ ਹੋਣੀ ਆ ਕਿ ਇਹ ਸਰੂਪ 300 years ਪੁਰਾਣਾ ਤੇ ਸੰਗਤ ਦਰਸ਼ਨ ਕਰਨ ਆ ਰਹੀ ਆ ਔਰ ਹਜ਼ਾਰਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਜੀ। ਇਹ ਹੁਣ ਨਵਾਂ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਵੀ ਹਰ ਦੀਵਾਲੀ ਤੇ ਨਵੀਂ ਫਰਿੱਜ ਆ ਜੇ, ਨਵੀਂ ਗੱਡੀ ਆ ਜੇ, ਨਵਾਂ ਗੁਰੂ ਗ੍ਰੰਥ ਸਾਹਿਬ ਆ ਜੇ, ਔਰ ਉਹ ਵੀ ਇੱਕ ਰੁਝਾਨ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹਿੱਸਾ ਬਣ ਚੁੱਕਿਆ ਆ ਕਿ ਲੋਕ ਥੋੜਾ ਜਿਹਾ ਵੀ ਮਹਾਰਾਜ ਦਾ ਅਗਰ ਪੱਤਰਾ ਫੜ ਜਾਂਦਾ ਆ ਤੇ ਉਹਦੀ ਸੇਵਾ ਨਹੀਂ ਕਰਾਉਂਦੇ, ਕਹਿੰਦੇ ਜੀ ਮਹਾਰਾਜ ਸਰੂਪ ਹੀ ਬਦਲ ਦਿਓ। ਹੁਣ ਉਹ ਜਿਹੜੇ ਬਦਲਣ ਵਾਲੇ ਆ, ਇੱਥੇ ਮੈਂ ਗੱਲ ਇੱਕ ਬੜੇ ਦੁੱਖ ਨਾਲ ਕਹਿਣੀ ਚਾਹੁੰਦਾ ਕਿ ਇੱਥੇ 2-4 ਐਸੀਆਂ ਜਥੇਬੰਦੀਆਂ ਹੋਂਦ ਵਿੱਚ ਆ ਗਈਆਂ ਨੇ ਸੇਵਾ ਦੇ ਨਾਂ ਤੇ ਕਹਿ ਲਓ, ਸੋ ਕਾਲਡਰ ਨੂੰ ਸੰਤ ਕਹਿ ਲਓ ਹਾਂਜੀ, ਧਰਮੀ ਹੋਣ ਦੀਆਂ ਉਹ ਮਤਲਬ ਦਾਅਵੇਦਾਰੀਆਂ ਕਰਦੇ ਨੇ ਜੀ। ਕਈ ਸਾਰੀਆਂ ਸੰਸਥਾਵਾਂ ਦੇ ਨਾਂ ਸਾਹਮਣੇ ਆ ਰਹੇ ਹਨ ਜਿਹਦੇ ਵਿੱਚ ਮਾਈ ਭਾਗੋ ਔਰ ਕਈ ਅਜਿਹੀਆਂ ਸੰਸਥਾਵਾਂ ਹੋਣ ਦੇ ਵਿੱਚ ਆਈ ਆ, ਇਹਨਾਂ ਦਾ ਮਕਸਦ ਕੀ ਹੈਗਾ ਔਰ ਇਹਨਾਂ ਨੂੰ ਇਜਾਜ਼ਤ ਕੌਣ ਦਿੰਦਾ? ਨਹੀਂ, ਇਹਨਾਂ ਨੇ ਤੇ ਪ੍ਰੋਫੈਸ਼ਨ ਬਣਾ ਲਿਆ ਨਾ, ਔਰ ਇਹ ਬੜੇ ਮਾਣ ਨਾਲ ਮਤਲਬ ਪ੍ਰਿੰਟ ਕਰਦੇ ਨੇ ਕਿ ਇਸ ਮਹੀਨੇ ਅਸੀਂ ਇੰਨੀਆਂ ਬੀੜਾਂ ਦਾ ਸੰਸਕਾਰ ਕੀਤਾ ਜੀ, ਅਗਨ ਭੇਟ ਕੀਤੀਆਂ, ਇਸ ਮਹੀਨੇ ਅਸੀਂ ਇੰਨੀਆਂ ਬੀੜਾਂ ਅਗਨ ਭੇਟ ਕੀਤੀਆਂ। ਇਹ ਤੇ ਮਤਲਬ ਜਿੱਦਾਂ ਨੀ ਹੁੰਦਾ ਸ਼ਮਸ਼ਾਨ ਭੂਮੀ ਦੇ ਵਿੱਚ ਉਹ ਠੇਕੇ ਤੇ ਚੜ ਜਾਂਦਾ ਸ਼ਮਸ਼ਾਨ ਭੂਮੀ ਜੀ, ਤੇ ਫਿਰ ਉਹਨਾਂ ਨੂੰ ਹੁੰਦਾ ਵੀ ਸਾਡੀਆਂ ਲੱਕੜਾਂ ਵੱਧ ਵਿਕ ਜਾਣ ਤੇ ਉੱਥੇ ਮੁਰਦੇ ਜ਼ਿਆਦਾ ਆ ਜਾਣ।
ਜਾਣਾ, ਇਹ ਪਾਪ ਹੋ ਰਿਹਾ, ਬਹੁਤ ਵੱਡਾ ਪਾਪ ਹੋ ਰਿਹਾ ਜੀ। ਔਰ ਉਸ ਪਾਪ ਦਾ ਇੱਕ ਜਿਹੜਾ ਹੈਗਾ ਕਾਰਨ ਕਿ ਫਿਰ ਇਹ ਘਰਾਂ ਦੇ ਵਿੱਚ ਭੁੱਖਿਆਂ ਵਾਂਗੂ ਤੁਰੇ ਫਿਰਦੇ ਨੇ, ਘਰ ਘਰ ਜਾ ਕੇ ਕਹਿੰਦੇ ਫਿਰਦੇ ਨੇ ਸਾਨੂੰ ਪੁਰਾਣਾ ਸਰੂਪ ਦੇ ਦਿਓ, ਨਵਾਂ ਲੈ ਲਓ। ਉਹਦੇ ਵਿੱਚ ਇਹ ਜਿਹੜਾ ਮਤਲਬ ਇੱਕ ਸਾਈਕਲ ਸ਼ੁਰੂ ਹੋ ਗਿਆ ਕਿ ਪਹਿਲਾਂ ਨਵਾਂ ਸਰੂਪ ਬਾਹਰ ਲੈ ਕੇ ਜਾਂਦੇ ਨੇ, ਫਿਰ ਉੱਥੋਂ ਲਿਆਉਂਦੇ ਨੇ, ਫਿਰ ਲਿਆ ਕੇ ਉਹਦਾ ਸੰਸਕਾਰ ਕਰਦੇ ਨੇ। ਔਰ ਇਹ ਗੱਲ ਮੈਂ ਸਾਡੇ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਸੀਂ ਇਹਨਾਂ ਸੰਸਥਾਵਾਂ ਨੂੰ ਰੈਕੋਗਨਾਈਜ਼ ਨਹੀਂ ਕਰਦੇ। ਤੁਸੀਂ ਉਹਨਾਂ ਅਹੁਦੇਦਾਰਾਂ ਨਾਲ ਵੀ ਗੱਲ ਕਰ ਸਕਦੇ ਹੋ। ਇੱਕ ਹੈੱਡ ਗ੍ਰੰਥੀ ਹੋਣ ਦੇ ਨਾਤੇ ਮੈਂ ਵੀ ਕਹਿ ਸਕਦਾ ਕਿ ਅਸੀਂ ਇਹਨਾਂ ਨੂੰ ਰੈਕੋਗਨਾਈਜ਼ ਨਹੀਂ ਕਰਦੇ। ਸਿਰਫ ਗੋਇੰਦਵਾਲ ਸਾਹਿਬ ਇੱਕ ਐਸੀ ਜਗ੍ਹਾ ਹੈਗੀ ਆ ਜਿੱਥੇ ਮਹਾਰਾਜ ਦੇ ਸਰੂਪਾਂ ਦਾ, ਜਿਹੜੇ ਬਿਰਧ ਸਰੂਪ ਨੇ ਉਹਨਾਂ ਨੂੰ ਅਗਨ ਭੇਟ ਕੀਤਾ ਜਾਂਦਾ, ਸੰਭਾਲ ਕੀਤੀ ਜਾਂਦੀ ਆ। ਦਿੱਲੀ ਦੇ ਵਿੱਚ ਵੀ ਅਸੀਂ ਜਿੱਥੇ ਗੁਰਦੁਆਰਾ ਸਾਹਿਬ ਮਜਨੂੰ ਘਾਟ ਲਾਇਆ ਉੱਥੇ ਇੱਕ ਅਸਥਾਨ ਬਣਾਇਆ ਆ, ਪਰ ਉਹਦੇ ਲਈ ਅਸੀਂ ਬੜੇ ਸਤਰਕ ਹੈਗੇ ਆ। ਜਿਹੜੇ ਸਰੂਪ ਸਾਡੇ ਕੋਲ ਆਉਂਦੇ ਆ, ਬਕਾਇਦਾ ਅਸੀਂ ਉੱਥੇ ਇੱਕ ਸਿੰਘਾਂ ਦੀ ਠੀਕ ਹੈ ਇੱਕ ਟੀਮ ਬਣਾਈ ਹੋਈ ਆ, ਠੀਕ ਹੈ, ਕਿ ਉਹ ਮਹਾਰਾਜ ਦੇ ਸਰੂਪ ਚੈੱਕ ਕਰਦੇ ਨੇ, ਠੀਕ ਹੈ, ਕਿ ਵਾਕਈ ਇਹਦਾ ਸੰਸਕਾਰ ਹੋਣਾ ਚਾਹੀਦਾ ਜੀ। ਤੇ ਲਾਜ਼ਮੀ ਹੈਗਾ ਕਿ ਉਹਨੂੰ ਜਿਹੜਾ ਉਹਦੀ ਵਿਧੀ ਵਿਧਾਨ ਹੈ ਉਸ ਤਰੀਕੇ ਨਾਲ ਕੀਤਾ ਜਾਵੇ। ਬਹੁਤ ਬਹੁਤ ਮਿਹਰਬਾਨੀ ਗਿਆਨੀ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਉੱਤੇ ਚਾਨਣਾ ਪਾਇਆ। ਸਾਨੂੰ ਅੱਗੇ ਵੀ ਤੁਹਾਡੀ ਲੋੜ ਪਏਗੀ ਅਤੇ ਜ਼ਰੂਰ ਅਸੀਂ ਤੁਹਾਨੂੰ ਇਸ ਮੰਚ ਦੇ ਉੱਤੇ ਲੈ ਕੇ ਆਵਾਂਗੇ, ਔਰ ਤੁਸੀਂ ਸਾਨੂੰ ਆਪਣੇ ਜਿਹੜੇ ਤਰਕ ਹਨ ਅਤੇ ਪ੍ਰਤੀਕਰਮ ਹਨ ਇਸ ਮੁਤਲਕ ਜ਼ਰੂਰ ਸਾਡੇ ਨਾਲ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀਗੇ ਗਿਆਨੀ ਰਣਜੀਤ ਸਿੰਘ, ਹੈੱਡ ਗ੍ਰੰਥੀ ਬੰਗਲਾ ਸਾਹਿਬ, ਜਿਨ੍ਹਾਂ ਨੇ ਇਸ ਮੁਤਲਕ ਆਪਣੇ ਵਿਚਾਰ ਸਾਂਝੇ ਕੀਤੇ। ਅਸੀਂ ਇਸ ਲੜੀ ਦੇ ਤਹਿਤ ਵੱਖ ਵੱਖ ਜਿਹੜੇ ਹੋਰ ਪੈਰੋਕਾਰ ਹਨ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਕੁਝ ਇਸ ਮੁਤਲਕ ਕੀਤਾ ਜਾ ਸਕਦਾ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਕਰਾਂਗੇ ਇਸ ਉੱਤੇ ਵਿਚਾਰ। ਤੁਹਾਡਾ ਸਵਾਗਤ ਹੈ। ਗੱਲ ਅੱਜ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਤਰੀਕੇ ਨਾਲ ਸੁਸ਼ੋਭਿਤ ਕੀਤਾ ਜਾਂਦਾ ਹੈ, ਜਾਂ ਫਿਰ ਜਦ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਗਵਾਉਂਦੇ ਹਾਂ ਅਤੇ ਉਹਦੇ ਕੀ ਪ੍ਰੋਟੋਕੋਲ ਹੋਣੀ ਚਾਹੀਦੀ ਹੈ, ਜਾਂ ਫਿਰ ਜਦ ਇੱਥੋਂ ਦੀ ਗੁਰੂ ਗ੍ਰੰਥ ਸਾਹਿਬ ਜੀ ਇੰਡੀਆ ਜਾਂਦੇ ਹਨ, ਭਾਰਤ ਜਾਂਦੇ ਹਨ, ਜਾਂ ਫਿਰ ਵਰਲਡ ਦੇ ਕਿਸੇ ਵੀ ਦੇ ਕੋਨੇ ਵਿੱਚ ਜਾਂਦੇ ਹਨ ਏਅਰਪੋਰਟ ਦੇ ਥਰੂ, ਅਤੇ ਕੀ ਕੁਝ ਉਹਦੇ ਉੱਤੇ ਗੱਲਾਂ ਧਿਆਨ ਰੱਖਣ ਦੀ ਸਾਨੂੰ ਲੋੜ ਹੈਗੀ ਹੈ, ਔਰ ਕਿਵੇਂ ਅਸੀਂ ਮਰਿਆਦਾ ਜਿਹੜੀ ਹੈ ਉਹ ਫੋਲੋ ਕਰ ਸਕਦੇ ਹਾਂ, ਇਹਦੇ ਉੱਤੇ ਥੋੜ੍ਹਾ ਜਿਹਾ ਚਾਨਣਾ ਪਾ ਲੈਂਦੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਡਾਕਟਰ ਅਮਰੀਕ ਸਿੰਘ, SAC ਚਾਰਟਰ ਸਕੂਲ ਕੈਲੀਫੋਰਨੀਆ ਤੋਂ, ਜੋ ਕਿ ਇਹ ਸਕੂਲ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਲਈ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ, ਪੰਜਾਬੀ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਦੇ ਲਈ ਕੈਲੀਫੋਰਨੀਆ ਦੇ ਵਿੱਚ ਵਚਨਬੱਧ ਹੈ। ਸਿੱਖ ਬੁੱਧੀਜੀਵੀ ਨੇ ਡਾਕਟਰ ਅਮਰੀਕ ਸਿੰਘ, ਉਹਨਾਂ ਦਾ ਅਸੀਂ GIN ਨੂੰ ਕਰਦੇ ਹਾਂ ਇਸ ਮੰਚ ਦੇ ਉੱਤੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਲ ਭਾਸ਼ਾ ਦੇ ਵਿੱਚ ਜਾਣਨਾ ਚਾਹਾਂਗਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇਕਰ ਅਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਮੰਗਵਾਉਂਦੇ ਹਾਂ ਜਾਂ ਫਿਰ ਭੇਜਦੇ ਹਾਂ, ਕੀ ਕੁਝ ਪ੍ਰੋਟੋਕੋਲ ਸਾਨੂੰ ਫੋਲੋ ਕਰਨਾ ਚਾਹੀਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਹੈ, ਜਿਵੇਂ ਸਿੱਖਾਂ ਦੀਆਂ ਇਹ ਭਾਵਨਾਵਾਂ ਜੁੜੀਆਂ ਹਨ, ਇਹਦੇ 'ਚ ਕੋਈ ਦਲੀਲ ਵਾਲਾ ਮਸਲਾ ਨਹੀਂ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਹੋਰ ਮਸਲਾ ਨਹੀਂ ਹੈ, ਇਹ ਸਿਰਫ ਸ਼ਰਧਾ ਭਾਵਨਾ ਕਿ ਸਿੱਖਾਂ ਦਾ ਜੋ ਜਿੰਦਾ ਗੁਰੂ ਗੁਰੂ ਗ੍ਰੰਥ ਸਾਹਿਬ, ਸੋ ਜਿਹੜੀ ਇਸ ਦੇ ਸਰਬ ਪ੍ਰਵਾਨਿਤ ਮਰਿਆਦਾ ਹੈ, ਇਹ ਉਸੇ ਦੇ ਰਾਹੀਂ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ। ਸੋ ਇਸ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਜਿਵੇਂ SGPC ਹੈ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਵੱਡੀਆਂ ਵੱਡੀਆਂ ਸੰਸਥਾਵਾਂ ਹਨ। ਸੋ ਇਹ ਇਸ ਲਈ ਹਨ ਤਾਂ ਕਿ ਇਹ ਇਨਸ਼ੋਰ ਕਰ ਸਕਣ, ਯਕੀਨ ਕਰਵਾ ਸਕਣ ਸਿੱਖ ਸੰਗਤਾਂ ਨੂੰ ਕਿ ਜਦੋਂ ਵੀ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਹੈ ਕਿ ਪੂਰੀ ਮਰਿਆਦਾ ਦਾ ਧਿਆਨ ਰੱਖਿਆ ਜਾਣਾ ਚਾਹੁੰਦਾ ਕਿ ਕੀ ਮਰਿਆਦਾ ਹੈ ਉਹ, ਔਰ ਉਹ ਕਿਵੇਂ ਫੋਲੋ ਕਰਨੀ ਚਾਹੀਦੀ ਹੈ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰੇ ਤੋਂ ਗੁਰਦੁਆਰੇ ਸੁਸ਼ੋਭਿਤ ਕੀਤਾ ਹੋਇਆ ਔਰ ਅਸੀਂ ਕਿਸੇ ਹੋਰ ਥਾਂ 'ਤੇ ਸੁਸ਼ੋਭਿਤ ਕਰਨਾ, ਅਤੇ ਉਹ ਕੀ ਮਰਿਆਦਾ ਹੈਗੀ ਹੈ, ਕਿਵੇਂ ਫੋਲੋ ਕਰਨਾ ਚਾਹੀਦਾ ਜੇਕਰ ਏਅਰਪੋਰਟ ਦੇ ਥਰੂ ਜਾ ਰਹੀ ਹੈ, ਹਵਾਈ ਜਹਾਜ਼ ਦੇ ਥਰੂ ਜਾ ਰਹੀ ਹੈ? ਸੋ ਇਸੇ ਤਰ੍ਹਾਂ ਜਿਵੇਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਅਸੀਂ ਇੱਕ ਕਾਰ ਦੇ ਵਿੱਚ ਵੀ ਬੈਂਚ ਵੀ ਲਿਜਾਂਦੇ ਹਾਂ,
ਅਤੇ ਉਸੇ ਤਰ੍ਹਾਂ ਪੰਜ ਸਿੰਘ ਜਾਂਦੇ ਨੇ, ਅਤੇ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਮਾਣ ਮਰਿਆਦਾ ਦੇ ਨਾਲ ਟਰਾਂਸਪੋਰਟ ਕੀਤਾ ਜਾਂਦਾ ਹੈ। ਸੋ ਉਹੀ ਮਰਿਆਦਾ ਹੈ, ਨਾ ਕਿ ਇਹ ਕਿ ਵੀ ਜਿਹੜੇ ਏਅਰਪੋਰਟ 'ਤੇ ਜੁੱਤੀਆਂ ਦੇ ਬਿੰਨ ਹੈਗੇ ਨੇ ਉਹਨਾਂ ਦੇ ਵਿੱਚ ਰੱਖ ਕੇ ਜਾਂ ਆਪ ਹੀ ਜੁੱਤੀਆਂ ਪਾ ਕੇ ਅਤੇ ਸਿਰ 'ਤੇ ਰੱਖ ਕੇ। ਸੋ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੈ ਉਹ ਮਰਿਆਦਾ ਤੋਂ ਉਲਟ ਹੈ ਅਤੇ ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਦੂਜੀ ਗੱਲ, ਇਹ ਇਕੱਲਾ ਮਰਿਆਦਾ ਦਾ ਚੱਕਰ ਨਹੀਂ ਹੈ ਸਾਨੂੰ ਜੋ ਕਿ ਸਿੱਖ ਇੰਨੀ ਵੱਡੀ ਗਿਣਤੀ ਵਿੱਚ ਕੈਲੀਫੋਰਨੀਆ ਦੇ ਵਿੱਚ ਹਨ ਅਤੇ ਹਰ ਜਗ੍ਹਾ 'ਤੇ ਹਨ, ਅਤੇ ਜਦੋਂ ਇਸ ਬੀੜਾਂ ਨੂੰ ਅਮੈਰੀਕਾ ਤੋਂ ਕੈਲੀਫੋਰਨੀਆ ਤੋਂ ਇੰਡੀਆ ਲਿਜਾਣ ਦਾ ਮਸਲਾ ਸੀ ਤਾਂ ਉਹਦੇ ਵਿੱਚ ਸਿੱਖਾਂ ਦੀ ਜਿਹੜੀ ਸ਼ਿਰਕਤ ਬਹੁਤ ਘੱਟ ਹੋਈ ਅਤੇ ਉਹਨਾਂ ਦਾ ਸਲਾਹ ਮਸ਼ਵਰਾ ਨਹੀਂ ਹੋਇਆ। ਜੇ ਇਹ ਹੈ ਹੀ ਸ਼ਰਧਾ ਦਾ ਕੰਮ ਸੀਗਾ, ਜੇ ਬੜੇ ਉਹ ਸੇਵਾ ਹੀ ਕਰਨ ਦਾ ਮਸਲਾ ਸੀ ਕਿ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰਨਾ, ਬੜੇ ਮਾਣ ਮਰਿਆਦਾ ਦੇ ਨਾਲ ਇਹਦੀ ਅਗਨ ਭੇਟ ਕੀਤਾ ਜਾਵੇ, ਤਾਂ ਫਿਰ ਸਿੱਖਾਂ ਦੇ ਜਿਹੜੀ ਸਿੱਖ ਸੰਗਤ ਹੈ, ਸਿੱਖਾਂ ਦੇ ਜਿਹੜੇ ਗੁਰਦੁਆਰਿਆਂ ਦੇ ਮੋਹਰੀ ਸਾਡੇ ਇੱਥੇ ਲੀਡਰ ਨੇ, ਜਾਂ ਉਹਨਾਂ ਦਾ ਇਹਦੇ ਵਿੱਚ ਸਲਾਹ ਮਸ਼ਵਰਾ ਕਿਸੇ ਤਰ੍ਹਾਂ ਲਿਆ ਜਾਂਦਾ, ਫਿਰ ਤਾਂ ਗੱਲ ਮੰਨੀ ਜਾ ਸਕਦੀ ਹੈ ਕਿ ਵੀ ਇਹ ਠੀਕ ਤਰੀਕੇ ਨਾਲ ਹੋਣਾ ਚਾਹੀਦਾ ਸੀ। ਸੋ ਪਰ ਇਹ ਮਸਲਾ ਜਿਹੜਾ ਹੈ ਜਦੋਂ ਸਾਡੇ ਧਿਆਨ 'ਚ ਆਇਆ, ਮੈਨੂੰ ਮੌਕਾ ਮਿਲਿਆ ਦਿੱਲੀ ਜਾਣ ਦਾ, ਅਤੇ ਮੈਂ ਇਹ ਬਹੁਤ ਸ਼ੋਰ ਕੀਤਾ ਪਹਿਲਾਂ ਇਹ ਆਪ ਦੇਖਿਆ ਜਾਏ ਸਾਰਾ ਕੁਛ। ਸੋ ਅਸੀਂ ਕਿਤੇ 8 ਵਜੇ ਗੁਰਦੁਆਰਾ ਮਾਈ ਭਾਗੋ ਕਰੋਲ ਬਾਗ ਦੇ ਵਿੱਚ ਗਏ। ਸੋ ਉੱਥੇ ਜਦੋਂ ਗਏ, ਉੱਥੇ ਅੰਦਰ ਪਹਿਲੇ ਕੋਈ ਸੰਤ ਮਹਾਤਮਾ ਪ੍ਰਵਚਨ ਕਰ ਰਹੇ ਸੀ। ਸੋ ਸਾਨੂੰ ਉੱਥੇ ਅੰਦਰ ਐਂਟਰੀ ਨਹੀਂ ਦਿੱਤੀ, ਉਹ ਕਹਿੰਦੇ ਇਹ ਜਦੋਂ ਕੀਰਤਨ ਸ਼ੁਰੂ ਹੋਏਗਾ ਉਦੋਂ ਦਰਬਾਰ ਖੁੱਲ੍ਹੇਗਾ। ਅਤੇ ਅਸੀਂ ਉੱਥੇ ਕਿੰਨੀ ਦੇਰ ਬਾਹਰ ਵੇਟ ਕੀਤੀ ਅਤੇ ਕੁਝ ਉਡੀਕ ਕਰਨ ਤੋਂ ਬਾਅਦ ਜਦੋਂ ਫਿਰ ਉਹ ਦਰਵਾਜ਼ਾ ਕੀਰਤਨ ਸ਼ੁਰੂ ਹੋਇਆ, ਦਰਵਾਜ਼ਾ ਖੁੱਲ੍ਹਿਆ ਅਤੇ ਅਸੀਂ ਗਏ। ਦਰਸ਼ਕਾਂ ਦੀ ਜਾਣਕਾਰੀ ਲਈ ਜਾਣਨਾ ਚਾਹੁੰਦਾ, ਇੱਥੋਂ ਦੀ ਕੌਣ ਲੈ ਕੇ ਗਿਆ ਸੀਗਾ ਔਰ ਕਿਸ ਤਰੀਕੇ ਨਾਲ ਮਰਿਆਦਾ ਜਿਹੜੀ ਹੈ ਉਹ ਫੋਲੋ ਨਹੀਂ ਕੀਤੀ ਗਈ, ਕੌਣ ਇਹਦੇ ਵਿੱਚ ਇਨਵੋਲਵ ਸੀਗਾ? ਆਈ ਵੁੱਡ ਲਾਈਕ ਟੂ ਨੋ ਅਬਾਊਟ ਦੈਟ। ਅਤੇ ਇਹੀ ਤਾਂ ਇੱਕ ਜਿਹੜੀ ਖੋਜ ਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ, ਉਹ ਕੌਣ ਸੀ, ਉਹਨਾਂ ਦਾ ਕੀ ਮੰਤਵ ਸੀ, ਅਤੇ ਕੀ ਉਹ ਸਾਰੀ ਪੁਰਾਣੀ ਬੀੜਾਂ ਜਿਹੜੀਆਂ ਹੈਗੀਆਂ, ਪੁਰਾਤਨ ਜਿੰਨੀਆਂ ਵੀ ਬੀੜਾਂ ਹੈ, ਉਹਨਾਂ ਦਾ ਮਿਸ਼ਨ ਹੈ ਕਿ ਸਾਰੇ ਵਰਲਡ ਦੇ ਵਿੱਚੋਂ ਜਿੱਥੇ ਵੀ ਪੁਰਾਤਨ ਬੀੜ ਹੈ 100 ਤੋਂ 300-400 ਸਾਲ ਤੱਕ ਹੈ, ਕਿ ਉਸ ਨੂੰ ਇਕੱਠੇ ਕਰਕੇ ਲਿਜਾਇਆ ਜਾਣਾ, ਅਤੇ ਦਿੱਲੀ ਕਰੋਲ ਬਾਗ ਉੱਥੇ ਲਿਜਾਇਆ ਜਾਂਦਾ। ਉੱਥੇ ਉਹਨਾਂ ਨੇ ਐਂਬੂਲੈਂਸ ਰੱਖੀ ਹੋਈ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਲਈ ਐਂਬੂਲੈਂਸ ਬਣਾਈ ਹੈ ਕਿ ਉਹਨੂੰ ਅਗਨ ਭੇਟ ਕਰਨ ਲਈ ਪਾਉਂਟਾ ਸਾਹਿਬ ਲੈ ਕੇ ਜਾਂਦੇ ਨੇ। ਸੋ ਜਦੋਂ ਮੇਰਾ ਕਹਿਣ ਦਾ ਮਤਲਬ, ਜਦੋਂ ਉੱਥੇ ਇਹ ਗੱਲ ਹੋਈ ਕਿ ਵੀ ਤੁਸੀਂ ਜਿਹੜੀਆਂ ਪੁਰਾਤਨ ਬੀੜਾਂ ਇਹਨਾਂ ਦਾ ਕੋਈ ਡਿਜੀਟਲ ਕਾਪੀ ਜਾਂ ਕੋਈ ਇਹਦਾ ਰੈਕਡ ਰੱਖਦੇ ਹੋ, ਕਹਿੰਦੇ ਉਹਨਾਂ ਨੇ ਦੱਸਿਆ ਵੀ ਕਿਸੇ ਨੂੰ ਵੀ ਇਹ ਰਾਈਟ ਨਹੀਂ ਹੈ ਕਿ ਉੱਥੇ ਫੋਟੋ ਲਵੇ, ਮਨਾ ਹੈ, ਇਹ ਹੁਕਮ ਹੈ, ਅਤੇ ਨਾ ਹੀ ਕੋਈ ਪਿਕਚਰ ਲਈ ਜਾ ਸਕਦੀ ਹੈ ਅਤੇ ਨਾ ਹੀ ਉਸਦੀ ਕਾਪੀ ਰੱਖੀ ਜਾ ਸਕਦੀ ਹੈ। ਸੋ ਇਹ ਮਰਿਆਦਾ ਦੇ ਉਲਟ ਹੈ, ਦੈਟ ਵਾਸ ਦੇਅਰ ਵਰਡ। ਤੁਸੀਂ ਉੱਥੇ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਮਾਈ ਭਾਗੋ, ਕੀ ਕੁਝ ਤੁਹਾਨੂੰ ਉੱਥੇ ਵੇਖਣ ਨੂੰ ਮਿਲਿਆ? ਉੱਥੇ ਮੈਂ ਇਹੀ ਦੱਸ ਰਿਹਾ ਸੀ, ਜਦੋਂ ਕਾਫੀ ਦੇਰ ਉੱਥੇ ਉਡੀਕ ਕਰਨ ਤੋਂ ਬਾਅਦ ਅੰਦਰ ਜਾਣ ਦਾ ਮੌਕਾ ਮਿਲਿਆ, ਸੋ ਪਹਿਲੇ ਹੀ ਉੱਥੇ 3-4 ਸਿੰਘ ਜੋ ਲੱਗਦੇ ਸੀ ਉਹਨਾਂ ਨੇ ਸਾਨੂੰ ਕਿਹਾ ਤੁਹਾਡੇ ਫੋਨ ਕਿੱਥੇ ਨੇ, ਅਤੇ ਉਹ ਫੋਨ ਦੇਖੇ, ਉਹ ਕਹਿੰਦੇ ਇਹਨਾਂ ਨੂੰ ਬੰਦ ਕਰ ਲਓ ਬਿਲਕੁਲ। ਅਤੇ ਚਲੋ ਅਸੀਂ ਸਮਝਿਆ ਵੀ ਠੀਕ ਹੈ, ਇਹ ਬੰਦ ਹੋਣੇ ਵੀ ਚਾਹੀਦੇ ਗੁਰੂ ਘਰ 'ਚ। ਅਤੇ ਉਸ ਤੋਂ ਬਾਅਦ ਜਿਹੜੇ ਉਹ ਸੰਤ ਮਹਾਤਮਾ ਆਪਣਾ ਪ੍ਰਵਚਨ ਕਰ ਰਹੇ ਸਨ, ਅਤੇ ਹੋਰ ਕੁਛ ਸੰਗਤ ਜਿਹੜੀ ਹੈ ਅੱਗੇ ਲੇਟ ਕੇ ਮੱਥਾ ਟੇਕ ਰਹੇ ਸੀ, ਕੁਝ ਉੱਦਾਂ ਹੀ ਲੇਟੇ ਸੀਗੇ ਉਸ ਪ੍ਰਵਚਨ ਸੁਣਨ ਲਈ। ਸੋ ਚਲੋ ਇਹ ਸਾਰਾ ਸ਼ਰਧਾ ਦੇ ਮਸਲੇ ਨੇ, ਸਾਨੂੰ ਇਸ ਗੱਲ ਦਾ ਕੋਈ ਉਹ ਨਹੀਂ ਸੀ, ਪਰ ਜਦੋਂ ਬਾਹਰ ਆ ਕੇ ਉਹਨਾਂ ਨਾਲ ਵਾਰਤਾਲਾਪ ਇਹ ਹੋਈ ਵੀ ਸਾਨੂੰ ਥੋੜ੍ਹੀ ਜਾਣਕਾਰੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਤੁਸੀਂ ਬਹੁਤ ਦੂਰੋਂ ਦੂਰੋਂ ਵਿਦੇਸ਼ਾਂ 'ਚੋਂ ਵੀ ਲੈ ਕੇ ਆਉਂਦੇ ਹੋ, ਅਤੇ ਵੀ ਇਸ ਨੂੰ ਜਿਹੜਾ ਅਗਨ ਭੇਟ ਕਰਨ ਦਾ ਮਕਸਦ ਅਤੇ ਇਹ ਕਿਸ ਤਰ੍ਹਾਂ ਕੀਤਾ ਜਾਂਦਾ, ਇਹਦੇ ਬਾਰੇ ਸਾਨੂੰ ਜਾਣਕਾਰੀ ਚਾਹੀਦੀ ਹੈ। ਸੋ ਇਸ ਬਾਰੇ ਫਿਰ ਉਹਨਾਂ ਨੇ ਮੈਨੂੰ ਸਵਾਲ ਕਰਨੇ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿਉਂ ਇਹ ਜਾਣਨਾ ਚਾਹੁੰਦੇ ਹੋ,
ਤੇ ਸਿਰਫ ਮੈਂ ਇੰਨੀ ਦੱਸਿਆ ਵੀ ਅਸੀਂ ਵੀ ਜਿਵੇਂ ਤੁਸੀਂ ਸਿੰਘ ਹੋ, ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ, ਤੁਹਾਡਾ ਵੀ ਹੈ, ਮੇਰਾ ਵੀ ਹੈ। ਸੋ ਮੈਂ ਤਾਂ ਇਹ ਮੇਰਾ ਸਵਾਲ ਇਹ ਹੈ, ਪੁਰਾਤਨ ਬੀੜਾਂ ਜਿਹੜੀਆਂ ਸ਼ੁੱਧ ਬੀੜਾਂ ਨੇ, ਸ਼ੁੱਧ ਬਾਣੀ ਦੀਆਂ, ਜੇ ਉਹੀ ਨਾ ਰਹੀਆਂ, ਜੇ ਅੱਜ 2000 ਬੀੜਾਂ ਅੱਜ ਛਪ ਜਾਂਦੀਆਂ ਨੇ ਦੁਨੀਆਂ ਦੀ ਪ੍ਰੈਸ ਦੇ ਵਿੱਚੋਂ, ਜਾਂ 10000 ਛਪ ਜਾਂਦੀ ਹੈ, ਤਾਂ ਅਸੀਂ ਉਹ ਕਿਵੇਂ ਉਹ ਵੈਰੀਫਾਈ ਕਰਾਂਗੇ ਕਿ ਇਹਦੀ ਬਾਣੀ ਸਾਰੀ ਸ਼ੁੱਧ ਛਪੀ ਹੈ? ਜੇ ਸਾਨੂੰ ਉਸ ਦੇ ਨਾਲ ਕੰਪੇਅਰ ਕਰਨ ਲਈ ਕੋਈ ਨਹੀਂ ਚੀਜ਼ ਰਹੀ, ਤਾਂ ਉਹਦਾ ਸਵਾਲ ਦਾ ਕਹਿੰਦੇ ਜੀ ਇਹ ਅਸੀਂ ਤੁਹਾਨੂੰ ਜਵਾਬ ਨਹੀਂ ਮਾਣਾ, ਜਾਂ ਫਿਰ ਸਤਿਕਾਰ ਜਿਹੜਾ ਗੁਰੂ ਸਾਹਿਬ ਦਾ ਨਹੀਂ ਕੀਤਾ ਜਾ ਰਿਹਾ। ਸੋ ਪਹਿਲੀ ਗੱਲ ਤਾਂ ਮਰਿਆਦਾ ਇਹ ਹੈ ਵੀ ਕੋਈ ਵੀ ਜਿਹੜੀ ਬੀੜ ਹੈ ਉਹ ਅੱਜ ਤੋਂ 200 ਸਾਲ ਪਹਿਲਾਂ, 300 ਸਾਲ ਪਹਿਲਾਂ ਉਸ ਨੂੰ ਡਾਕੂਮੈਂਟ ਹੋਣਾ ਚਾਹੀਦਾ ਉਸਦਾ ਇਤਿਹਾਸ। ਅਤੇ ਉਹਦੀ ਡਿਜੀਟਲ ਇੰਨੀ ਟੈਕਨੋਲੋਜੀ ਵੱਧ ਗਈ ਹੈ, ਸਾਨੂੰ ਕੀ ਮੁਸ਼ਕਲ ਹੈ ਕਿ ਉਹਨੂੰ ਪ੍ਰਜ਼ਰਵ ਨਹੀਂ ਕੀਤਾ ਜਾ ਸਕਦਾ? ਠੀਕ ਹੈ, ਉਹਦਾ ਬਿਰਧ ਸਰੀਰ ਹੈ, ਅਗਨ ਭੇਟ ਕਰ ਦਿਉ, ਕੋਈ ਗੱਲ ਨਹੀਂ, ਅਸੀਂ ਕਰਦੇ ਹਾਂ। ਪਰ ਅੱਜ ਦੀ ਟੈਕਨੋਲੋਜੀ ਦੇ ਵਿੱਚ ਜੇ ਅਸੀਂ ਉਹਨੂੰ ਡਿਜੀਟਾਈਜ਼ ਕਰ ਦਿੱਤਾ ਜਾਵੇ, ਪ੍ਰਜ਼ਰਵ ਕਰਕੇ, ਤਾਂ ਇਸ ਦੇ ਵਿੱਚ ਕੀ ਵੱਡੀ ਗੱਲ ਹੈ? ਅਤੇ ਉਹ ਇਸ ਚੀਜ਼ ਨੂੰ ਨਕਾਰਦੇ ਨੇ, ਕਹਿੰਦੇ ਇਹ ਕੋਈ ਪੂਰੀ ਮਨਾਹੀ ਹੈ, ਕੋਈ ਵੀ ਇਸ ਦੀ ਪਿਕਚਰ ਨਹੀਂ ਲੈ ਸਕਦਾ। ਸੋ ਉੱਥੋਂ ਥੋੜ੍ਹਾ ਇਹ ਸ਼ੱਕ ਹੋਇਆ। ਸ਼ੱਕ ਇਸ ਗੱਲ ਦਾ ਹੁੰਦਾ ਹੈ ਕਿ ਜਿਵੇਂ ਔਰੰਗਜ਼ੇਬ ਵੇਲੇ ਵੀ ਗੁਰੂ ਹਰਿਰਾਏ ਪਾਤਸ਼ਾਹ ਨੇ ਜਦੋਂ ਬੁਲਾਇਆ, ਰਾਮ ਰਾਏ ਨੇ ਜਦੋਂ ਮੁਸਲਮਾਨ ਦਾ ਵਰਡ ਬੇਈਮਾਨ ਨਾਲ ਬਦਲ ਦਿੱਤਾ, ਤਾਂ ਗੁਰੂ ਸਾਹਿਬ ਨੇ ਉਸ ਨੂੰ ਟੋਟਲ ਨਕਾਰ ਦਿੱਤਾ। ਅਤੇ ਉਸ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਮੈਸੇਜ ਦਿੱਤਾ ਕਿ ਜਿਹੜਾ ਬਾਣੀ ਦੇ ਨਾਲ ਖਿਲਵਾੜ ਕਰੇਗਾ ਉਹ ਅਨਕੰਪਰੋਮਾਈਜ਼ਿੰਗ, ਉਹ ਭਾਵੇਂ ਪੁੱਤ ਹੈ ਭਾਵੇਂ ਕੋਈ ਵੀ ਹੈ, ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ। ਹੁਣ ਗੁਰੂ ਸਾਹਿਬ ਦੇ ਆਪਣੇ ਪਿਆਰੇ ਪੁੱਤਰ ਸਨ, ਬੜਾ ਸਿੱਖ ਸੰਗਤਾਂ ਨੇ ਜ਼ੋਰ ਲਾਇਆ। ਮੈਂ ਅਜੇ ਤੱਕ ਤਸਵੀਰ ਜਿਹੜੀ ਉਹ ਸਾਫ਼ ਨਹੀਂ ਹੋ ਪਾ ਰਹੀ, ਤੇ ਤੁਸੀਂ ਕੀ ਕੁਝ ਅਜਿਹਾ ਵੇਖਿਆ ਕਿ ਤੁਹਾਨੂੰ ਲੱਗਿਆ ਕਿ ਇਹ ਬੇਅਦਬੀ ਹੋਈ ਹੈ? ਬੇਅਦਬੀ ਇਹ ਹੋ ਰਹੀ ਹੈ ਕਿ ਜਿਹੜਾ ਪੁਰਾਤਨ ਬੀੜਾਂ ਨੂੰ ਬਿਨਾਂ ਡਾਕੂਮੈਂਟ ਕਰੇ ਤੋਂ, ਬਿਨਾਂ ਡਿਜੀਟਾਈਜ਼ ਕਰੇ ਤੋਂ ਉਹਨਾਂ ਨੂੰ ਅਗਨ ਭੇਟ ਕਰਨਾ, ਉਹਦਾ ਕੋਈ ਸਬੂਤ ਨਾ ਛੱਡਣਾ, ਇਹ ਬਹੁਤ ਵੱਡੀ ਬੇਅਦਬੀ ਹੈ। ਇਸ ਤੋਂ ਵੱਡੀ ਬੇਅਦਬੀ ਕੋਈ ਨਹੀਂ ਹੋ ਸਕਦੀ। DSGMC ਜਿਹੜਾ ਦਾਇਰਾ ਹੈਗਾ ਦਿੱਲੀ ਦੇ ਵਿੱਚ ਮੌਜੂਦ, ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਤੁਸੀਂ ਦਿੱਤੀ ਜਾਂ ਫਿਰ ਕੋਈ ਅਜਿਹੀ ਗੱਲ ਕੀਤੀ? ਉਹ ਇਹ ਜਿਹੜੀ ਵੀਡੀਓ ਹੁਣ ਆਈ ਹੈ ਇਸ ਦੇ ਰਾਹੀਂ ਜਾਣਕਾਰੀ ਸਾਰੇ ਜਾ ਰਹੀ ਹੈ, ਅਤੇ ਹੁਣ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ। ਸੋ ਲੈਟ ਅਸ ਸੀ ਹਾਊ ਡੂ ਦੇ ਡੀਲ ਵਿਦ ਦਿਸ। ਮਿਹਰਬਾਨੀ ਤੁਹਾਡੀ ਡਾਕਟਰ ਸਾਹਿਬ, ਤੁਸੀਂ ਇਸ ਵਿਸ਼ੇ ਦੇ ਉੱਤੇ ਚਾਨਣਾ ਪਾਇਆ ਔਰ ਕਾਫੀ ਸਾਰੀ ਗੱਲਾਂ ਤੁਸੀਂ ਦੱਸੀਆਂ ਕਿ ਕਿਵੇਂ ਮਾਣ ਅਤੇ ਮਰਿਆਦਾ ਜਿਹੜੀ ਹੈ ਉਹ ਰੱਖਣੀ ਚਾਹੀਦੀ ਹੈਗੀ ਹੈ। ਮਿਹਰਬਾਨੀ ਤੁਹਾਡੀ। ਸੋ ਇਹ ਸੀਗੇ ਡਾਕਟਰ ਅਮਰੀਕ ਸਿੰਘ ਕੈਲੀਫੋਰਨੀਆ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਇਸ ਮੁਤਲਕ ਸਾਡੇ ਨਾਲ ਸਾਂਝੇ ਕੀਤੇ। ਇਸ ਬਾਰੇ ਹੋਰ ਵੀ ਅਸੀਂ ਵਧੇਰੀ ਜਿਹੜੀ ਜਾਣਕਾਰੀ ਹੈਗੀ ਹੈ ਜ਼ਰੂਰ ਲਵਾਂਗੇ। ਮੇਰੇ ਨਾਲ ਕਈ ਹੋਰ ਵੀ ਅਹਿਮ ਵਿਟਨੈਸ ਜਿਹੜੇ ਨੇ ਅੱਜ ਇਸ ਮੰਚ ਦੇ ਉੱਤੇ ਜੁੜਨਗੇ, ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਕਰਾਂਗੇ ਕਿ ਕੀ ਕੁਝ ਜਿਹੜੇ ਪ੍ਰੋਟੋਕੋਲ ਹਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੋਲੋ ਕਰਨ ਦੇ ਲਈ ਹੋਣੇ ਚਾਹੀਦੇ ਹਨ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਦੇਖਦੇ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਵੱਖ ਵੱਖ ਪ੍ਰਤੀਕਰਮ ਸੁਣੇ ਅੱਜ ਇਸ ਮਸਲੇ ਦੇ ਉੱਤੇ, ਲੇਕਿਨ ਹੁਣ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਜ਼ਰੂਰ ਜਾਣਨਾ ਚਾਹੁੰਦੇ ਹਾਂ ਕਿ ਇਹਦਾ ਰੋਡ ਮੈਪ ਆਪਾਂ ਕਿਵੇਂ ਬਣਾ ਸਕਦੇ ਹਾਂ ਗੋਇੰਗ ਫਰਦਰ ਫਿਊਚਰ ਦੇ ਵਿੱਚ, ਜਦ ਅਸੀਂ ਇਹ ਸਾਰੀ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਾਂਗੇ ਤਾਂ ਸਾਨੂੰ ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਹੈ ਔਰ ਕਿਵੇਂ ਅਸੀਂ ਇਕੱਠੇ ਹੋ ਕੇ ਇੱਕ ਅਜਿਹੀ ਫੋਰਮੇਸ਼ਨ ਕਰੀਏ ਕਿ ਕੱਲ੍ਹ ਨੂੰ ਐਪ ਜਿਹੜੀ ਬੇਦਬੀਆਂ ਹਨ ਉਹ ਨਾ ਵਾਪਰਨ। ਅਤੇ ਮੇਰੇ ਨਾਲ ਭਜਨ ਸਿੰਘ ਭਿੰਦਰ ਮੌਜੂਦ ਹਨ, ਫਾਊਂਡਰ ਮੈਂਬਰ ਹਨ ਸਿੱਖ ਇਨਫੋ ਸੈਂਟਰ ਦੇ, ਜੋ ਕਿ ਇਸ ਮੁਤਲਕ ਸਾਨੂੰ ਚਾਨਣਾ ਪਾਉਣਗੇ। ਭਜਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜਾ ਤੁਸੀਂ ਆਪਾਂ ਗੱਲ ਕੀਤੀ ਵੀ ਫਰਦਰ ਫਿਊਚਰ ਦੇ ਵਿੱਚ ਕੀ ਕਰਨਾ ਚਾਹੀਦਾ ਹੈ, ਸਭ ਤੋਂ ਪਹਿਲਾਂ ਇਹ ਆ ਵੀ ਜਿਹੜੇ ਜਿੰਨੇ ਗੁਰਦੁਆਰੇ ਹਨ ਉਹਨਾਂ ਨੂੰ ਸਮਝਣਾ ਚਾਹੀਦਾ ਅਕਾਲ ਤਖ਼ਤ ਦੀ ਕੀ ਪਾਲਿਸੀ ਹੈ, ਕੌਣ ਬੀੜਾਂ ਨੂੰ ਪ੍ਰਿੰਟ ਕਰ ਸਕਦਾ, ਕੌਣ ਡਿਸਟ੍ਰੀਬਿਊਟ ਕਰ ਸਕਦਾ, ਹੁਣ ਉਹਨਾਂ ਦੀ ਕੁਆਲਿਟੀ ਕੰਟਰੋਲ ਜੋ ਸ਼ੁੱਧਤਾ ਸ਼ਬਦ ਦੀ ਹੈ, ਹੁਣ ਫਾਈਨਲ ਸਟੈਂਪ ਆਫ ਅਪਰੂਵਲ ਬੀੜ ਨੂੰ ਦਿੰਦਾ ਹੈ। ਉਸ ਤੋਂ ਬਾਅਦ ਰੋਲ ਆਫ SGPC, SGPC ਦਾ ਇਹਦੇ ਵਿੱਚ ਕੀ ਰੋਲ ਹੈ, ਜਿਹੜੇ ਗੁਰਦੁਆਰੇ ਲੋਕਲ ਹਨ ਅਮੈਰੀਕਾ ਦੇ, ਸਾਰੀਆਂ ਦੁਨੀਆਂ ਦੇ ਗੁਰਦੁਆਰੇ
ਉਹਨਾਂ ਦੇ ਗ੍ਰੰਥੀ ਔਰ ਗੁਰਦੁਆਰਿਆਂ ਦਾ ਕੀ ਰੋਲ ਹੈ, ਵੀ ਨਵੀਆਂ ਬੀੜਾਂ ਕਿੱਦਾਂ ਲਿਆਉਣੀਆਂ ਚਾਹੀਦੀਆਂ ਹਨ, ਤੇ ਜਿਹੜੀਆਂ ਪ੍ਰਾਥਮਿਕ ਬਿਰਧ ਬੀੜਾਂ ਉਹਨਾਂ ਨੂੰ ਕਿੱਦਾਂ 22 ਇੰਚ ਰਿਟਾਇਰ ਕਰਨਾ ਹੈ, ਜੇ ਕੋਈ ਬਿਰਧ ਬੀੜ ਹੈ ਉਹਨਾਂ ਦੀ ਕੀ ਆਪਾਂ ਨੂੰ ਆਰਕਾਈਵਿੰਗ ਜਾਂ ਉਹਨਾਂ ਦੀ ਡਿਜੀਟਲ ਕਾਪੀ ਬਣਾਉਣੀ, ਕੁੱਝ ਨਾ ਕੁੱਝ ਇਹ ਸਿਸਟਮ ਚੈੱਕਸ ਐਂਡ ਬੈਲੈਂਸ, ਵੀ ਜਿਹੜੀਆਂ ਨਵੀਆਂ ਬੀੜਾਂ ਆ ਰਹੀਆਂ ਕੋਈ ਉਹਦੇ ਵਿੱਚ ਐਰਰਸ ਨਹੀਂ, ਕੋਈ ਮਿਸਪ੍ਰਿੰਟ ਨਹੀਂ, ਖਾਸ ਕਰਕੇ ਜੋ ਦੁਸ਼ਮਣ ਦਾ 24 ਘੰਟੇ ਸਾਡੇ ਤੇ ਹਮਲਾ ਰਹਿੰਦਾ ਹੈ, ਵੀ ਉਹਨਾਂ ਨੇ ਬਾਣੀ ਦੀ ਅਡਲਟਰੇਸ਼ਨ ਕਰਨੀ ਹੈ। I think a very, very valid point you raised here, Bhajan Singh ji. ਮੈਂ ਜ਼ਰੂਰ ਜਾਣਨਾ ਚਾਹੁੰਦਾ ਕਿ ਜਿਹੜੇ ਦੁਸ਼ਮਣ ਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦਾ ਕੀ ਮਕਸਦ ਹੋ ਸਕਦਾ ਹੈ ਜੋ ਅੱਜ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਬਸ ਦੁਸ਼ਮਣ ਸਿੱਧੀ ਗੱਲ ਹੈ ਕਿ ਪਹਿਲਾ ਹਮਲਾ ਦਰਬਾਰ ਸਾਹਿਬ ਤੇ ਬੀਰਬਲ ਨੇ ਕੀਤਾ ਸੀ, ਜੋ ਫੌਜਾਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਧਮਕਾਇਆ ਉਹਨਾਂ ਨੇ, ਉਹ ਸਾਰੀ ਗੱਲ ਆਈਡੀਓਲੋਜੀ ਦੀ ਹੈ। ਦੁਸ਼ਮਣ ਨਹੀਂ ਚਾਹੁੰਦਾ ਵੀ ਜਿਹੜੀ ਸਿੱਖਾਂ ਦੀ ਗੁਰੂਆਂ ਦੀ ਕੁਰਬਾਨੀ ਔਰ ਮੂਲ ਵਾਸੀ ਲੋਕਾਂ ਦੀ 36 ਮਹਾਂਪੁਰਖਾਂ ਦੀ ਬਾਣੀ ਇਹ ਪ੍ਰੋਪਰ ਬਾਈ ਇੱਜ਼ਤ ਸੀਨਾ ਪਸੀਨਾ ਇਸਦਾ ਚੱਲਦੀ ਆਵੇ, ਕਿਉਂ ਇਹ ਇੱਕ ਬਹੁਤ ਵੱਡੀ ਜਾਗਰਤਾ ਇੱਕ ਲਿਆਉਂਦੀ ਹੈ ਆਮ ਇਨਸਾਨ ਦੇ ਵਿੱਚ। ਤੇ ਭਜਨ ਸਿੰਘ ਜੀ ਹੁਣ ਇਸ ਪ੍ਰੈਜ਼ੈਂਟ ਤੌਰ ਤੇ ਤੁਹਾਨੂੰ ਕੌਣ ਜਾਪਦਾ ਤੁਹਾਡੇ ਜ਼ਿਹਨ ਦੇ ਵਿੱਚ ਕਿ ਇਹਦੇ ਪਿੱਛੇ ਇਹ ਹੋ ਸਕਦੇ ਹਨ? ਜਿਹੜੀ ਸਟੇਟ ਮਸ਼ੀਨਰੀ ਆ ਉਹ ਖੁੱਲ੍ਹ ਐਲਾਨ ਕਰਦੀ ਆ RSS ਤੇ ਮੋਦੀ ਤੇ ਸਟੇਟ ਮਸ਼ੀਨਰੀ ਤੇ ਇੰਟੈਲੀਜੈਂਸ ਮਸ਼ੀਨਰੀ ਇਹ ਇੱਕ ਪਲੇਟਫਾਰਮ ਤੇ ਖੜੀਆਂ ਹਨ। ਸੋ ਟੋਟਲ ਸਿੱਖ ਕੌਮ ਇੱਕ ਸਲੇਵਰੀ ਦੇ ਵਿੱਚ ਆ ਚੁੱਕੀ ਹੈ। ਸਾਡੀਆਂ ਸੰਸਥਾਵਾਂ, ਸਾਡੇ ਅਕਾਲ ਤਖ਼ਤ, ਸਾਡੇ ਦਰਬਾਰ ਸਾਹਿਬ ਇਹ ਸਾਰੇ ਇੱਕ ਗੁਲਾਮੀ ਦੀ ਛਾਂ ਹੇਠ ਇਸ ਵੇਲੇ ਆ ਰਹੇ ਹਨ। ਜੋ ਵਿਦੇਸ਼ੀ ਸਿੱਖ ਆ ਇਹਦੀ ਬਹੁਤ ਵਧੇਰੇ ਜਾਣਕਾਰੀ ਵਧੇਰੇ ਜ਼ਿੰਮੇਵਾਰੀ ਬਣਦੀ ਹੈ। ਸੋ ਸੈਤਵੇ ਦੀ ਜਿਹੜੀ ਮੀਟਿੰਗ ਉਹ ਬੜੀ ਅਹਿਮ ਹੈ, ਉਹ ਬੜਾ ਸਿੰਪਲ ਮੁੱਦਾ ਹੈ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਦੀ ਸੈਂਕਟੀ, ਇਹਨਾਂ ਦੀ ਔਥੈਂਟਿਸਿਟੀ ਇਹ ਸਾਰੀ ਕਿੱਦਾਂ ਬਰਕਰਾਰ ਰੱਖੀ ਜਾਵੇ। ਖਾਸ ਕਰਕੇ ਇਹ ਹੁਣ ਏਅਰ ਇੰਡੀਆ ਇੱਕ ਸਟੇਟ ਮਸ਼ੀਨਰੀ ਹੈ, ਸਾਰੇ ਗਲੋਬ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਕੇ ਜਾ ਰਹੇ ਹਨ। ਇਹਦੇ ਵਿੱਚ ਡੇਰਾਬਾਦ ਆ ਰਿਹਾ ਹੈ, ਡੇਰਾਬਾਦ ਬਹੁਤ RSS ਦੇ ਨਾਲ ਜੁੜਿਆ ਹੋਇਆ ਹੈ ਔਰ RSS ਉਹ ਚੀਜ਼ ਹੈ ਜਿਹੜੀ ਸਾਨੂੰ ਦੁਸ਼ਮਣ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਉਹਨੇ ਮੋਦੀ ਨੂੰ ਲਾਠੀ ਹੱਥ 'ਚ ਫੜਾ ਕੇ ਤੇ ਪ੍ਰਾਈਮ ਮਿਨਿਸਟਰ ਬਣਾਤਾ। ਸਾਨੂੰ ਸਦੀਆਂ ਦਾ ਪਤਾ ਹੈ ਦ੍ਰਾਵਿਡੀਅਨ ਤੋਂ ਲੈ ਕੇ ਜਿਹੜੇ ਮੂਲ ਵਾਸੀ ਮਨੋਵਾਦੀ ਸੋਚ ਹੈ ਇਹ ਸਭ ਤੋਂ ਪਹਿਲਾਂ ਤੁਹਾਡੇ ਇਤਿਹਾਸ ਤੇ ਪੈਂਦਾ ਹੈ। ਉਹਨਾਂ ਨੇ ਇੱਕ ਓਪਨ ਡਿਕਲੇਅਰ ਪਾਲਿਸੀ ਕੀਤੀ ਹੈ। ਅੱਜ ਵੀ ਵੇਖੋ ਕੈਲੀਫੋਰਨੀਆ ਸਕੂਲ ਕਰਿਕੁਲਮ ਦੇ ਵਿੱਚ ਸਦੀਆਂ ਦੀ ਇੱਕ ਮੰਨੀ ਹੋਈ ਚੀਜ਼ ਆ ਵੀ ਆਰੀਅਨ ਇਨਵੇਸ਼ਨ ਹੋਈ ਆ, ਉਹ ਇੱਥੇ ਟਾਰਗੇਟ ਕਰ ਰਿਹਾ ਵੀ ਆਰੀਅਨ ਇਨਵੇਸ਼ਨ ਨਹੀਂ ਹੋਈ ਭਾਰਤ ਵੀ। ਸੋ ਜੇ ਅਸੀਂ ਇਹ ਬਰੀਕੀ ਦੇ ਵਿੱਚ ਜਾਵਾਂਗੇ ਤੇ ਸਾਨੂੰ ਪਤਾ ਲੱਗੂ ਵੀ ਵੀ ਆ ਉਸ ਔਨ ਦਾ ਸੇਮ ਟਾਰਗੇਟ ਵੀ ਤਾਂ ਕਿ ਜਿਹੜੇ ਸਾਡਾ ਇਤਿਹਾਸ ਆ, ਸਾਡੀ ਗੁਰਬਾਣੀ ਹੈ, ਇਹਨੂੰ ਦੂਰ ਕੀਤਾ ਜਾ ਸਕੇ ਤਾਂ ਕਿ ਜੋ ਚੈਲੰਜ ਇੱਕ ਹਿੰਦਾਤਵ ਸੁਪਰਮਸੀ ਜਿਹੜੀ ਕਰਾਉਣੀ ਚਾਹੁੰਦੇ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਮੈਂ ਕਾਲ ਤਖ਼ਤ ਜਥੇਦਾਰਾਂ ਸੁਣੀਆਂ ਸੁਣਾਈਆਂ ਜੋ ਉਹਨਾਂ ਨੇ ਸੀਨਾ ਸਨ ਦੱਸਿਆ, ਪਰ ਵੀ ਵਨ ਰਾਈਟਿੰਗ ਮੈਂ ਲੰਗੋਵਾਲ ਸਾਹਿਬ ਨੂੰ ਇਹ ਬੇਨਤੀ ਕਰਦਾ ਵੀ ਜਿਹੜੀ ਤੁਹਾਨੂੰ ਅਸੀਂ ਈਮੇਲ ਭੇਜੀ ਆ ਪਲੀਜ਼ ਸਾਨੂੰ ਦਾ ਜਵਾਬ ਦਿਓ। ਸਾਨੂੰ ਲਿਖਤੀ ਪਾਲਿਸੀ ਚਾਹੀਦੀ ਹੈ ਇਕੱਲੇ ਇਕੱਲੇ ਮੁੱਦੇ ਤੇ ਜਿਹੜੇ ਉਹਨਾਂ ਨਾਲ ਈਮੇਲ ਤੇ ਉਠਾਏ ਤੇ ਤੁਹਾਡੇ ਔਨ ਏਅਰ ਵੀ ਉਠਾਏ ਆ। ਸੋ ਤੁਸੀਂ ਕਹਿੰਦੇ RSS ਬਾਰੇ ਜਿਹੜੀ ਇਹ ਡੇਰਾ ਮਾਈ ਭਾਗੋ, ਮੈਨੂੰ ਉਦੋਂ ਬਹੁਤ ਮੈਂ ਸੀਰੀਅਸ ਇਸ ਮੁੱਦੇ ਨੂੰ ਲਿਆ ਜਦੋਂ ਸੂਬੇ ਤੋਂ ਬੈਣੀਵਾਲ ਨੇ ਮੈਨੂੰ ਦੱਸਿਆ ਵੀ ਸਾਡੇ ਗੁਰਦੁਆਰੇ ਆ ਕੇ ਉਹਨਾਂ ਦੀ ਖਾਸ ਇੰਟਰਸਟ ਸੀ ਜਿਹੜੀ ਪ੍ਰਾਥਮਿਕ ਬੀਰ ਉੱਤੇ 200 ਸਾਲ ਇਹ ਸੈਨ ਉਸਦੇ ਗੁਰਦੁਆਰੇ ਗਏ ਸੀ ਇਹਨਾਂ ਦੇ ਜਿਹੜੇ ਰੈਪ੍ਰੈਜੈਂਟੇਟਿਵ ਨੇ। ਸੋ ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਕਿਹਾ ਵੀ ਸਾਨੂੰ ਪ੍ਰਾਥਮਿਕ ਬੀਜ ਦਿਓ, ਅਸੀਂ ਆਖਿਆ ਵੀ ਇਹ ਕਿੱਦਾਂ ਤੁਹਾਨੂੰ ਦੇ ਦਈਏ? ਸੋ ਦੈਨ ਯੂ ਕੈਨ ਐਡ 2 and 2 ਟੂਗੈਦਰ। ਤੇ ਇਕੱਲੀ ਬਿਰਧ ਬੀੜਾਂ ਦਾ ਮਸਲਾ ਨਹੀਂ ਗਾ, ਉਹ ਪ੍ਰਾਥਮਿਕ ਬੀੜਾਂ ਨੂੰ ਟਾਰਗੇਟ ਕਰ ਰਹੇ ਆ। ਉੱਥੇ ਜਦੋਂ ਜਿੱਦਾਂ ਡਾਕਟਰ ਅਲੀ ਸਿੰਘ ਨੇ ਤੁਹਾਨੂੰ ਦੱਸਿਆ ਜਦੋਂ ਉੱਥੇ ਪੁੱਛਿਆ ਕੋਈ ਰੈਕਰਡ ਕੋਈ ਰਜਿਸਟਰ, ਇਹ ਜਿਹੜੇ
ਡੇਰਾ ਮਾਈ ਭਾਗੋ ਇਹ ਸੈਂਕਸ਼ਨ ਨਹੀਂ ਕੀਤਾ। ਅੱਗੇ ਵੀ ਆਪਣੇ ਲੰਗੋਵਾਲ ਸਾਹਿਬ ਦੇ ਪੀਏ ਦਰਸ਼ਨ ਸਿੰਘ ਨੇ ਦੱਸਿਆ ਇਹਨੂੰ ਕਿਸੇ ਦੇ ਨਾਲ ਵੀ ਐਫੀਲੀਏਸ਼ਨ ਨਹੀਂ ਹੈਗਾ, ਇਟ ਇਜ਼ ਨਾਟ ਐਨ ਐਫੀਲੀਏਟਿਡ ਆਰਗੇਨਾਈਜੇਸ਼ਨ ਵੀ ਕੈਨ ਸੇ। ਸੋ ਇਸ ਕਰਕੇ ਸਾਨੂੰ ਇਹ ਜਿਹੜੇ ਸਾਰੇ ਲੂਪਹੋਲਸ ਆ ਔਰ ਗੈਪਸ ਆ ਬਿਲਕੁਲ ਆਓ ਸੈਤਰੇ ਇਕੱਠੇ ਹੋਈਏ। ਡੈਫੀਨੇਟਲੀ ਸਾਡੀ ਟੀਮ ਵੀ ਇਸ ਮੁਤਲਕ ਭਜਨ ਸਿੰਘ ਜੀ ਹੁਣ ਅਹਿਮ ਜਾਣਕਾਰੀ ਜੁਟਾ ਰਹੀ ਹੈ। ਅਸੀਂ ਬਕਾਇਦਾ ਆਪਣੀ ਟੀਮ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਮਾਈ ਭਾਗੋ ਇਨਵੈਸਟੀਗੇਟ ਕਰਨ ਲਈ ਭੇਜੀ ਹੈ, ਔਰ ਅਸੀਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਵੀ ਇਸ ਵਿਸ਼ੇ ਨੂੰ ਹਜੇ ਤੱਕ ਛੱਡਿਆ ਨਹੀਂ ਹੈ। ਆਈ ਥਿੰਕ ਇਟਸ ਅ ਵੈਰੀ ਸੈਂਸਿਟਿਵ ਇਸ਼ੂ ਐਂਡ ਦੈਟਸ ਵਾਈ ਅੱਜ ਅਸੀਂ ਵੱਖ ਵੱਖ ਜਿਹੜੇ ਪੈਰੋਕਾਰ ਹਨ, ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਹਨ, ਔਰ ਜੋ ਕਿ ਜਿਨ੍ਹਾਂ ਨੇ ਆਪਣੀ ਅੱਖਾਂ ਤੋਂ ਵੇਖਿਆ ਉਹਨਾਂ ਨੂੰ ਅੱਜ ਇਸ ਮੰਚ ਦੇ ਉੱਤੇ ਲੈ ਕੇ ਆਏ ਹਾਂ। ਜੀ ਇੱਕੋ ਚੀਜ਼ ਐਡ ਕਰਨੀ ਹੈ ਜੀ, ਮਾਈ ਭਾਗੋ ਡੇਰੇ ਨੂੰ ਇੱਕ ਵਾਰਨਿੰਗ ਆ ਜੀ, ਅਕਾਲ ਤਖਤ ਸਾਹਿਬ ਨੂੰ ਬੇਨਤੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਸਾਰਾ ਇੱਕਦਮ ਸੀਲ ਕੀਤਾ ਜਾਵੇ। ਉਹਨਾਂ ਨੇ ਉੱਤੇ ਸਮਾਨ ਸਾਡੇ ਗ੍ਰੰਥ ਰੱਖੇ ਹਨ, ਉਹ ਖੁਰਦ ਬੁਰਦ ਨਹੀਂ ਹੋਣੇ ਚਾਹੀਦੇ। ਉਹਨਾਂ ਨੂੰ ਸਾਰੀ ਆਪਣੀ ਜਿਹੜੀ ਸੰਸਥਾ ਹੈ ਜ਼ਿੰਮੇਵਾਰ ਬੰਦਿਆਂ ਦੇ ਕੋਲ ਜਾ ਕੇ ਬਿਲਕੁਲ ਚਾਹੀਦੀ ਹੈ। ਅਸੀਂ ਇਹ ਜਾਣਕਾਰੀ ਵੀ ਜੁਟਾ ਰਹੇ ਹਾਂ ਕਿ ਉਹਨਾਂ ਨੂੰ ਕਿਹਨਾਂ ਦੀ ਸ਼ੈ ਮਿਲੀ ਹੋਈ ਹੈ, ਔਰ ਅਸੀਂ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਇਸ ਗੱਲ ਨੂੰ ਲੈ ਕੇ ਆਵਾਂਗੇ। ਵਧੇਰੀ ਜਾਣਕਾਰੀ ਜਿਹੜੀ ਹੈ ਇਸ ਵਿਸ਼ੇ ਦੇ ਉੱਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ, ਅਸੀਂ ਜ਼ਰੂਰ ਪਹੁੰਚਾਵਾਂਗੇ। ਫਿਲਹਾਲ ਭਜਨ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਕੀਮਤੀ ਸਮਾਂ ਕੱਢ ਕੇ। ਸੌਰੀ ਵੀਰ ਜੀ, ਲਾਸਟ ਬੇਨਤੀ ਆ ਕਿ 2 ਵਜੇ ਵੈਸਟ ਸੈਕਰਾਮੈਂਟੋ ਸਾਡੇ ਜਿਹੜੇ ਰੀਪ੍ਰੈਜ਼ੈਂਟੇਟਿਵ ਨੇ ਕੈਲੀਫੋਰਨੀਆ ਦੇ ਉਹ ਬਕਾਇਦਾ ਤੌਰ ਦੇ ਉੱਤੇ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨਗੇ ਔਰ ਜੋ ਵੀ ਐਵੀਡੈਂਸ ਤੁਹਾਡੇ ਕੋਲ ਨੇ ਔਰ ਜੋ ਵੀ ਤੁਸੀਂ ਰੋਡ ਮੈਪ ਬਣਾਇਆ ਸਾਡੀ ਟੀਮ ਦੇ ਸਾਹਮਣੇ ਜ਼ਰੂਰ ਰੱਖ
ਆਪਣੇ ਵਿਚਾਰ ਮੇਰੇ ਨਾਲ ਲਿਖਿਤ ਰੂਪ ਦੇ ਉੱਤੇ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com harkirat@justbroadcasting.com ਦੇ ਉੱਤੇ। ਫਿਲਹਾਲ ਅੱਜ ਦੇ ਇਸ ਮੁੱਦੇ ਦੇ ਵਿੱਚ ਇੰਨਾ ਹੀ। ਮੈਨੂੰ ਹਰਕੀਰਤ ਸਿੰਘ ਆਲੂਵਾੜੀਆ ਅਤੇ ਮੇਰੇ ਨਾਲ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।